ਮੈਨੂੰ ਵਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਉਹਦੇ ਤੋਂ ਬਾਅਦ ਫਰੈਸ਼ ਰਹਿਣਾ ਇਹਦਾ ਰਾਜ਼ ਕੀ ਹੈ ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ ਅਰਲਿੰਗਟਨ ਫਿਊਲ ਸਟਾਪ 1801 ਬਾਇਨਰੀ ਸਟਰੀਟ ਹਾਈਵੇ ਐਗਜ਼ਿਟ 208 ਤੇ ਜਿੱਥੇ ਤੁਹਾਨੂੰ ਫ੍ਰੀ ਕਾਫੀ ਫ੍ਰੀ ਫੈਕਸ ਸਰਵਿਸ ਫ੍ਰੀ ਟਰੱਕ ਪਾਰਕਿੰਗ ਰੂਟੀ ਠੇਕਾ ਲਾਂਡਰੀ ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ ਹੁਣੇ ਕਾਲ ਕਰੋ 360 652 606 ਯਾਨੀ 36065260 6 ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ ਸੈਕੰਡ ਲੋਕੇਸ਼ਨ ਲਾਸਟ ਹਿੱਲ ਟ੍ਰੈਵਲ ਸੈਂਟਰ 14804 ਐਲੋਮ ਸਟਰੀਟ ਲਾਸਟ ਹਿੱਲ ਫੋਨ ਨੰਬਰ 6017793200 ਉਹ ਯਾਰ ਕੀ ਕੀ ਸੁਪਨੇ ਦੇਖੇ ਸੀ ਕੈਨੇਡਾ ਆਣ ਤੋਂ ਪਹਿਲਾਂ ਉਹ ਸੁਪਨੇ ਪੂਰੇ ਕਰਨ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ ਜੀ ਹਾਂ ਡ੍ਰੀਮ ਲਾਈਨਰ 익ਸਪ੍ਰੈਸ ਕੰਪਨੀ ਕੈਲਗਰੀ ਅਲਬਰਟਾ ਕੈਨੇਡਾ ਜਿਨ੍ਹਾਂ ਨੂੰ ਸਾਫ਼ ਸੁਥਰੇ ਰਿਕਾਰਡ ਤੇ 2 ਸਾਲਾਂ ਦਾ ਤਜਰਬੇ ਵਾਲੇ ਡਰਾਈਵਰ ਦੀ ਲੋੜ ਹੈ ਇਹਨਾਂ ਕੋਲ ਕੈਲਗਰੀ ਅਲਬਰਟਾ ਤੋਂ ਕੈਲੀਫੋਰਨੀਆ ਤੇ ਅਰੀਜ਼ੋਨਾ ਦੇ ਸਿੱਧੇ ਰਾਹ ਹਨ ਇਹਨਾਂ ਕੋਲ ਡਰਾਈ ਤੇ ਰੀਫਰ ਲੋਡ ਵੀ ਹੈ ਹੋਮ ਰਿਟਰਨ ਵਿਥਿਨ 5 ਡੇਸ ਬਾਈ ਵੀਕਲੀ ਤੇ ਚੰਗੀ ਤਨਖਾਹ ਦਿੰਦੇ ਆਂ ਔਰ ਹਾਂ ਸਿੰਗਲ ਤੇ ਟੀਮਸ ਦੋਨਾਂ ਨੂੰ ਹਾਇਰ ਕਰਦੇ ਨੇ ਵਧੇਰੇ ਜਾਣਕਾਰੀ ਲਈ ਕਾਲ 4034049501 4034049501 Dreamliner Express Company Calgary Alberta Canada ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨਿਆ ਗ੍ਰੀਨ ਸਿਟੀ ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ ਖੁੱਲੀਆਂ ਸੜਕਾਂ ਹਰਾ-ਭਰਾ ਵਾਤਾਵਰਣ ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ लैंडस्केपिंग ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ ਸੰਪਰਕ ਕਰੋ 8556002064 ਅਤੇ 8556002071 trucking wale viro Nalsono. naal Jidanda truck manual Ja automatic quick truck lube chete Ahinara kyo, Track truck the Badia service layi quick truck lube Logi T G location vi khol exit 579 from highway 401 in napanee Ahoji. ji koi appointment nay drive through facility exit 579 from highway 401 in napanee quick truck lube the one stop shop 5196220660 ya ja quicktrucklube.com qtl because we care we fuck you call immigration services california immigration consultant registered ate bonded immigration assistance de nal citizenship work permit process service oci card family petition indian passport indian visa ate notary public lai sampark karo sekho immigration services go sharan sekho 22693 esperian boulevard suite 250 hayward california call 510200998 heavy truck repair yuba city certified cummins detroit freightliner western star volvo caterpillar ate series 60 engines international automatic transmissions 5 ਸਾਲ ਦਾ ਫਰੇਟਲਾਈਨ ਡੀਲਰਸ਼ਿਪ ਦਾ ਐਕਸਪੀਰੀਅੰਸ ਇਹ ਇੰਜਨ ট্রাক ਟ੍ਰੇਲਰ AC ਇਲੈਕਟ੍ਰੀਕਲ DPF DEF ਰਿਪੇਅਰ ਕਰਦੇ ਹਨ ਟਰਾਂਸਮਿਸ਼ਨ ਰੀਅਰ ਐਂਡ ਬ੍ਰੇਕਸ ਔਇਲ ਚੇਂਜ ਕਰ ਦਿੰਦੇ ਹਨ ਸਰਟੀਫਾਈਡ 90 ਡੇ DOT ਇਨਸਪੈਕਸ਼ਨ ਅਤੇ ਸਰਟੀਫਾਈਡ ਐਨੂਅਲ ਫੈਡਰਲ DOT ਇਨਸਪੈਕਸ਼ਨ ਕੀਨ ਕਰਦੇ ਹਨ 100 ਮਾਈਲ ਦੇ ਰੇਡੀਅਸ ਵਿੱਚ ਰੋਡ ਅਸਿਸਟੈਂਸ 24/7 ਨਵੇਂ ਕਸਟਮਰਸ ਲਈ 10% ਡਿਸਕਾਊਂਟ ਹਫਤੇ ਦੇ 7 ਦਿਨ ਸਵੇਰ 7 ਤੋਂ ਸ਼ਾਮੀ 7 ਵਜੇ ਤੱਕ ਖੁੱਲੇ ਰਹਿੰਦੇ ਹਨ ਹੋਰ ਜਾਣਕਾਰੀ ਲਈ ਕਾਲ ਜਗਰੂਪ ਬੋਇਲ 9166960634 ਜਾਂ ਜਗਰਾਜ ਬਲ 53334915 ਐਡਰੈਸ 3894 ਰੇਲ ਰੋਡ ਐਵੇਨਿਊ ਯੂਬਸਿਟੀ ਇੱਥੇ ਹੁੰ ਟ੍ਰੱਕਾਂ ਦੇ ਯੂਜ਼ਡ ਤੇ ਬ੍ਰਾਂਡ ਨਿਊ ਟਾਇਰ ਵੀ ਮਿਲਦੇ ਹਨ ਸੋ ਪ੍ਰੋਗਰਾਮ ਚਮੰਦਾਂ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਤੁਸੀਂ ਟਰੱਕ ਟ੍ਰੇਨਿੰਗ ਲੈਣੀ ਹੈ ਭਾਵੇਂ ਉਹ ਕਮਰਸ਼ੀਅਲ ਹੋਵੇ ਜਾਂ ਫਿਰ ਕਾਰ ਬੱਸ ਜਾਂ ਫਿਰ A B ਐਂਡ P CDL ਕਲਾਸ ਦੀ ਟ੍ਰੇਨਿੰਗ ਲੈਣੀ ਹੈ ਤਾਂ ਵਰਜੀਨੀਆ ਦੇ ਸ਼ਹਿਰ ਫਰੇਡਰਿਕਸਬਰਗ ਦੇ ਵਿੱਚ ਤੁਸੀਂ ਸੰਪਰਕ ਕਰ ਸਕਦੇ ਹੋ 2020 CDL ਡਰਾਈਵਿੰਗ ਸਕੂਲ ਦੇ ਵਿੱਚ ਫੋਨ ਨੰਬਰ ਹੈ ਜੀ 540 656 0985 5406560985 ਇਹਨਾਂ ਦੇ ਜਿੰਨੇ ਵੀ ਟ੍ਰੇਨਰ ਨੇ ਉਹ ਪੈਸ਼ਨੇਟ ਤੇ ਪ੍ਰੋਫੈਸ਼ਨਲ ਨੇ ਜੀ ਇਸ ਸਕੂਲ ਦੀ ਖਾਸੀਅਤ ਇਹ ਹੈ ਕਿ ਦੂਜੇ ਸ਼ਹਿਰਾਂ ਤੇ ਸੂਬਿਆਂ ਤੋਂ ਆਉਣ ਵਾਲੇ ਸਖਿਆਰਤੀਆਂ ਨੂੰ ਜਿਹੜੇ ਟ੍ਰੇਨਿੰਗ ਲੈਣ ਆਲੇ ਨੇ ਡਰਾਈਵਰਸ ਉਹਨਾਂ ਨੂੰ ਰਹਿائش ਫ੍ਰੀ ਦਿੱਤੀ ਜਾਂਦੀ ਹੈ ਤੇ ਨੇੜੇ ਤੇੜੇ ਦੇ ਜਿਹੜੇ ਵੀ ਟ੍ਰੇਨਰ ਨੇ ਉਹਨਾਂ ਨੂੰ ਫ੍ਰੀ ਰਾਈਡ ਦਿੱਤੀ ਜਾਂਦੀ ਹੈ ਜੀ ਸੋ ਤੁਹਾਡੀ ਸਹੂਲਤ ਦੇ ਲਈ ਜਿੱਥੇ ਫ੍ਰੈਂਚ ਇੰਗਲਿਸ਼ ਤੇ ਸਪੈਨਿਸ਼ ਤੋਂ ਦੇ ਵਿੱਚ ਟ੍ਰੇਨਰ ਨੇ ਉੱਥੇ ਪੰਜਾਬੀ ਹਿੰਦੀ ਤੇ ਅਰੇਬਿਕ ਵਰਗੀਆਂ ਪਛਾਹਮਾਂ ਦੇ ਵਿੱਚ ਵੀ ਡਰਾਈਵਿੰਗ ਦੇ ਗੁਣ ਸਿਖਾਏ ਜਾਂਦੇ ਨੇ ਸੋ 540 656 0985 ਤੇ ਕਾਲ ਕਰ ਸਕਦੇ ਹੋ ਲੌਂਗ ਹਾਲ ਨਹੀਂ ਜਾਣਾ ਚਾਹੁੰਦੇ ਤਾਂ ਲੋਕਲ ਸੈਟਲ ਏਰੀਆ 'ਚ ਕੰਮ ਕਰੋ ਸੰਪਰਕ ਕਰੋ ਵਾਸ਼ਿੰਗਟਨ ਫਰੇਟ ਸਰਵਿਸ ਵਾਲੇ ਗੁਰਵਿੰਦਰ ਧਾਲੀਵਾਲ ਹੋਰ ਨਾਲ 206 354 4060 ਤੇ ਜਗਦੇਵ ਸੰਧੂ ਨਾਲ 253 266692 ਹੋਰ ਤੇ ਕਾਲ ਕਰ ਸਕਦੇ ਹੋ ਟੈਲੋ ਸਭ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਲੋ ਸਾਬ ਸਾਡੇ ਪੰਜਾਬੀਆਂ ਦੀਆਂ ਨਾ ਭਾਵੇਂ ਅਮਰੀਕਾ ਹੋਵੇ ਕੈਨੇਡਾ ਹੋਵੇ ਭਾਵੇਂ ਸੜਕ ਦੇ ਉੱਤੇ ਪੰਜਾਬ ਦੇ ਵਿੱਚ ਕੋਈ ਲੰਗਰ ਵੰਡੀ ਦਾ ਹੋਵੇ ਤੇ ਜੇ ਮੁਫਤ ਦੇ ਪਕੌੜੇ ਖਾਣੇ ਹੋਣ ਪਿੱਛੇ ਜੇ ਪੱਗਾਂ ਵੀ ਲੈਂਦੀਆਂ ਦੇਸੀਆਂ ਲੱਡੂਆਂ ਪਿੱਛੇ ਯਾਦ ਹੋਣਾ ਕਿ ਜਦੋਂ ਸਿੱਧੂ ਸਾਹਿਬ ਪ੍ਰਧਾਨ ਬਣੇ ਹਾਂਜੀ ਕਹਿੰਦੇ ਲਾਲਚ 13 13 ਵਾਲਾ ਵੀ ਦੇਹੀ ਜਾਂਦਾ ਉਹਦੇ ਪਿੱਛੇ ਵੀ ਲੋਕ ਐਨ ਪਤਾ ਨਹੀਂ ਕਿੱਥੋਂ ਕਿੱਥੋਂ ਪਹੁੰਚੀ ਜਾਂਦੇ ਕਿ ਨਵਾਂ ਲਾਲਚ ਕਹਿੰਦੇ ਕਿਸੇ ਨੇ ਦਿੱਤਾ ਫਗਵਾੜੇ ਕਹਿੰਦੇ ਪੰਜਾਬ ਛੱਡੋ ਪਤਾ ਨਹੀਂ ਕਿੱਥੋਂ ਕਿੱਥੋਂ ਦੇ ਲੋਕ ਅੱਧੀ ਰਾਤ ਨੂੰ ਪਹੁੰਚ ਗਏ ਤੇ ਫਿਰ ਕੀ ਵਾਪਰਿਆ ਤੁਸੀਂ ਦੱਸੋ ਦੇਖੋ ਗੱਲ ਇਹ ਹੈ ਵੀ ਹਾਸੀ ਵੀ ਹੁੰਦੀ ਹੈ ਤੇ ਰੋਣਾ ਵੀ ਹੁੰਦਾ ਹੈ ਜੀ ਹਾਸੀ ਤਾਂ ਇਸ ਕਰਕੇ ਆਉਂਦੀ ਹੈ ਕਿ ਜੇ ਸਾਨੂੰ ਜ਼ਹਿਰ ਵੀ ਵੰਡਣਾ ਹੋਵੇ ਨਾ ਤੇ ਪੰਜਾਬੀ ਜ਼ਹਿਰ ਲੈਣ ਵਾਸਤੇ ਵੀ ਭੱਜ ਕੇ ਤੁਰਦੇ ਆ ਵੀ ਕਿ ਜੇ ਮੈਂ ਪਿਛਾਣ ਆ ਰਹਿ ਜਾ ਇਹ ਬਸ ਇਹ ਹੈ ਜੇ ਕਿ ਕੁਝ ਬੰਦਾ ਬੰਦਦਾ ਹੈ ਹੂੰ ਹੂੰ ਅਸੀਂ ਇਲੈਕਸ਼ਨਾਂ 'ਚ ਦੇਖਦੇ ਆਂ ਪੋਲੀਟਿਕਲ ਰੈਲੀਆਂ 'ਚ ਦੇਖਦੇ ਆਂ ਜਦੋਂ ਨੌਜਵਾਨ ਮੁੰਡਿਆਂ ਨੂੰ ਕਹਿੰਦੇ ਵੀ ਆਓ ਆਪਾਂ ਰੈਲੀਆਂ ਤੇ ਜਾਣਾ ਜੀ ਤੇ ਤੁਹਾਨੂੰ ਜਿਹੜਾ ਹੈਗਾ ਬਾਗੋ-ਬਾਗ ਕਰਦੇ ਆਂਗੇ ਖਰਚਾ ਵੀ ਕਰਦੇ ਆਂਗੇ ਹੂੰ ਹੂੰ ਉਦੋਂ ਅਸੀਂ ਇਹ ਭੁੱਲ ਜਾਂਦੇ ਆਂ ਕਿ ਜਿਹੜੀ ਸਾਨੂੰ ਚੰਡੀਗੜ੍ਹ ਦਾਰੂ ਪੀਉਂਦੇ ਆ ਨਾ ਜੀ ਚੰਡੂ ਚੰਡੀਗੜ੍ਹ ਆਮ ਤੌਰ ਤੇ ਆਪਾਂ ਦੇਖਿਆ ਰੈਲੀਆਂ ਚਾਹੇ ਕਾਲੀਆਂ ਦੀਆਂ ਹੋਣ ਚਾਹੇ ਕਾਂਗਰਸੀਆਂ ਦੀਆਂ ਹੋਣ ਬਿਲਕੁਲ ਜੀ ਬਿਲਕੁਲ ਹੁਣ ਤਾਂ ਭਾਰਤੀ ਜਨਤਾ ਪਾਰਟੀ ਵਾਲੇ ਵੀ ਉਹੇ ਜਿਹੇ ਆਗੇ ਤੇ ਉਹ ਜਦੋਂ ਜਾਂਦੇ ਨੇ ਨਾ ਮੋਟਰਾਂ ਤੇ ਫਿਰ ਸਿਰਾਂ ਦੇ ਉੱਤੇ ਡੱਬੇ ਰੱਖੇ ਹ ਵੇਖਣ ਵਾਲੇ ਤਾਂ ਕਹਿੰਦੇ ਹੁੰਗੇ ਜੀ ਬੜੀ ਸ਼ਾਨਦਾਰ दारू ਮਿਲਦੀ ਹੈ ਜੀ ਪਰ ਜੇ ਆਪਾਂ ਉਹ दारू ਦੇਖੀਓ दारू ਕੋਈ ਉਹ ਨਹੀਂ ਕਿ ਜਿਹੜੀਆਂ ਫੈਕਟਰੀਆਂ 'ਚ ਤਿਆਰ ਹੁੰਦੀ ਹੈ ਹਾਂ 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 ਅਧਕਾਰਤ ਫੈਕਟਰੀਆਂ 'ਚ ਨਹੀਂ ਉਹ ਤਾਂ ਉਹ ਹੈ ਉਹ ਹੈ ਜਿਹੜੀਆਂ ਉਹ ਜਿਹੜੇ ਹੈ ਨਾ ਸ਼ੈਲਰਾਂ 'ਚ ਤਿਆਰ ਸ਼ੈਲਰਾਂ 'ਚ ਤਿਆਰ ਹੁੰਦੀਆਂ ਸ਼ੈਲਰ ਮਾਰਕਾ ਸ਼ੈਲਰ ਮਾਰਕਾ ਤਿਆਰ ਹੁੰਦੀ ਹੈ ਜਿਹਨੂੰ ਆਪਾਂ ਕਹਿੰਦੇ ਨੇ ਬਹੁਤ ਭਿਆਨਕ ਜੀ ਤੋਂ ਆਪ ਜਿਹੜਾ ਸਪਿਰਟ ਹੈ ਉਸ ਸਪਿਰਟ ਨੂੰ ਸੋਧ-ਸੋਧ ਕੇ ਕਿਵੇਂ ਬਣਾਇਆ ਜਾਂਦਾ ਪਰ ਦੇਖਿਆ ਕੋਈ ਕੀ ਕੁਛ ਹੁੰਦਾਰਾ ਹੈ ਕਰੋਨਾ ਦੇ ਵਿੱਚ ਹਾਂ 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 ਕਰੋਨਾ ਦੇ ਵਿੱਚ ਵੰਡੀਆਂ ਜਿਹੜੇ ਮਹਿੰਗੇ ਬ੍ਰਾਂਡ ਹੈ ਜੀ ਮਹਿੰਗੇ ਬ੍ਰਾਂਡ ਵਾਲੀਆਂ ਬੋਤਲਾਂ ਦੇ ਵਿੱਚ ਪਾ ਪਾ ਕੇ ਉਸ ਵੇਲੇ ਕਿੰਨੀ ਸ਼ਰਾਬ ਵੰਡੀ ਗਈ ਸੀ ਹੂੰ ਹੂੰ ਫਿਰ ਅਸੀਂ ਇਹ ਦੇਖੀਏ ਕਿ ਆਓ ਜੀ ਰੈਲੀਆਂ ਚੱਲਦੇ ਕੀ ਹੈ ਤੇ ਉੱਥੇ ਭੁੱਕੀ ਵੀ ਵੰਡੀ ਜਾਂਦੀ ਹੈ ਜੀ ਉਹ ਸੋਚਦੇ ਨਹੀਂ ਹੂੰ ਹੂੰ ਕਿ ਇਹ ਜਿਹੜਾ ਕੁਛ ਸਸਤੀ ਜਾਂਦੇ ਆ ਅੱਜ ਸ਼ੁਗਲਾਸਤੇ ਜਾਂਦੇ ਆ ਤੇ ਕੱਲ ਨੂੰ ਸਾਡੇ ਬੱਚੇ ਆ ਜਿਹੜੇ ਉਹ ਇਹਦੇ ਐਡਿਕਟ ਹੋ ਜਾਣਗੇ ਜੀ ਤਾਂ ਇਹੜੀਆਂ ਸਭ ਤੁਸੀਂ ਸ਼ਾਇਦ ਸੀਗੇ ਇੱਕੋ ਟਾਈਮ ਯਾਦ ਕਰੋ ਜਦੋਂ ਆਪਾਂ ਗਏ ਸੀ ਨਾ ਮੈਂ ਨੋਟਾਂ ਦੀ ਗੱਲ ਕਰਦਾ ਤਾਂ ਜੀ ਸੂਟਾਂ ਦੀ ਗੱਲ ਆਈ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਤੇ ਬਾਦਲਾਂ ਦੇ ਖਿਲਾਫ ਕੇਸ ਰਜਿਸਟਰ ਕੀਤਾ ਸੀ ਸੋਮਿਆਂ ਤੋਂ ਬਾਅਦ ਆ ਬਾਦਲਪਿੰਡ ਬਾਦਲਪਿੰਡ ਦੇ ਵਿੱਚ ਜਦੋਂ ਫੀਤੇ ਲੈ ਕੇ ਆ ਗਏ ਸੀ ਗੱਲਗਮੈਂਟ ਲੱਗੇ ਸੀ ਬਾਅਦ ਵਿੱਚ ਸਾਰੇ ਮੁਕਰ ਗਏ ਹੂੰ ਹੂੰ ਉਸ ਵੇਲੇ ਸਾਰੀ ਮਤਲਬ ਮਠੰਡੇ ਦਾ ਮੀਡੀਆ ਜਾਂਦਾ ਹੁੰਦਾ ਸੀ ਮੁਕਸਰ ਦਾ ਮੀਡੀਆ ਆ ਜਾਂਦਾ ਚੰਡੀਗੜ੍ਹ ਤੋਂ ਵੀ ਲੋਕ ਆ ਜਾਂਦੇ ਤੇ ਆਪਾਂ ਬਾਦਲਾਂ ਦੇ ਘਰ ਬੈਠੇ ਸੀ ਹੂੰ ਹੂੰ ਅੰਦਰਲਾ ਘਰ ਹੁੰਦਾ ਸੀ ਤੇ ਉੱਥੇ ਇੱਕ ਬਜ਼ੁਰਗ ਬੈਠਾ ਉਹ ਬਜ਼ੁਰਗ ਨਾਲੇ ਤਾਂ ਹੱਸੀ ਜਾਵੇ ਨਾਲੇ ਕਰੀ ਵਾਹ ਕੁਦਰਤ ਹੂੰ ਵਾਹ ਕੁਦਰਤ ਪਾਗੋ ਦੀ ਨੀਲੀ ਦੁੱਧ ਚਿੱਟੀ ਉਹਦੀ ਦਾੜੀ ਹੂੰ ਉਮਰ ਉਹਦੀ ਹੁਣੀ ਹੈ 75 ਸਾਲ ਦੇ ਕਰੀਬ ਜੀ ਮੇਰੇ ਨਾਲ ਅੰਗਰੇਜ਼ੀ ਖਬਰਾਂ ਦੇ ਵੀ ਲੋਕ ਪੱਤਰਕਾਰ ਸੀ ਤੇ ਇੱਕ ਸੱਜਣ ਉਹਨਾਂ ਚੁਕਿੰਦਾ ਯਾਰ ਇਹ ਭਾਬੇ ਨੇ ਵੇਖੀਏ ਕੁਛ ਵੀ ਹੋਈ ਜਾਂਦਾ ਹੂੰ ਹੂੰ ਪਾਗ ਵੀ ਨੀਲੀ ਬਣੀ ਹੈ ਬੈਠਾ ਵੀ ਇਹਨਾਂ ਦੇ ਘਰੇ ਉਹ ਕਹਿੰਦੇ ਬਾਬਾ ਜੀ ਕੀ ਮਹਿਸੂਸ ਕਰਦੇ ਹੋ ਜੀ ਉਹਦਾ ਭਾਈ ਐ ਸੱਤ ਕਰ ਲਾ ਤੇ ਐ ਸੱਤ ਪਰ ਲਾ ਹੂੰ ਹੂੰ ਉਹਦਾ ਕੀ ਗੱਲ ਉਹ ਕਹਿੰਦੇ ਵੀ ਜਦੋਂ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਇਲੈਕਸ਼ਨ ਲੜੀ ਨਾ ਜੀ ਤੇ ਜਗਮੀਤ ਬਰਾੜ ਨਾਲ ਮੁਕਾਬਲਾ ਸੀ ਜਿਹੜੇ ਢੰਮੇ ਵਾਲੀ ਗੱਲ ਐ ਸਾਨੂੰ ਕਹਿੰਦੇ ਕਹੀ ਜਾਂਦੇ ਚਲੋ ਤੁਸੀਂ ਲੈ ਜੋ ਜੀ ਲੈ ਜੋ ਲੈ ਜੋ ਆਓ ਕਰਾ ਸਮਾਨ ਲੈ ਜੋ ਤੁਹਾਨੂੰ ਲਫਾਫੇ ਦੇਣੇ ਐ ਤੁਹਾਨੂੰ ਉਹ ਜਿਹੜੇ ਚੋਲੇ ਦੇਣੇ ਐ ਪਰ ਪੁਰਗਾਂ ਦੇ ਚੋਲੇ ਲੈਣ ਆ ਲਈ ਐ ਤੇ ਕਹਿੰਦਾ ਮੈਰੀ ਵੀ ਜੀਪ ਸੀਗੀ ਮੇਰੇ ਕੋਲ ਤੇ ਮੈਂ ਵੀ ਆ ਗਿਆ ਕਿਸੇ ਪਿੰਡ ਦਾ ਸੀ ਮਾਦੇ ਵਾਲੇ ਪਿੰਡ ਦਾ ਲੀਡਰਸ਼ਿਪ ਬੁੜਾ ਜਦੋਂ ਕਹਿੰਦਾ ਅਸੀਂ ਆਏ ਤੇ ਬਾਦਲ ਸਾਹਿਬ ਨੇ ਪੁੱਛਿਆ ਵੀ ਵੋਟਾਂ ਬੂਟਾਂ ਦੀ ਵਿਕਰੀ ਬੁਕਰੀ ਦਾ ਹਿਸਾਬ ਕਿਤਾਬ ਕੀ ਐ ਹਮ ਹਮ ਨਮਰਖਾ ਜੀ ਪਹਿਲਾਂ ਵਾਲਾ ਇਹ ਹੈ ਕਿ ਥੋੜਾ ਜਿਹਾ ਵੱਧ ਹੋ ਜੂ ਮੁਕਾਬਲਾ ਤਕੜਾ ਨਾਲ ਜਗਮੀਤ ਸਿੰਘੋਂ ਵੀ ਹੈ ਤੇ ਦੂਜੇ ਪਾਸੇ ਤੇਜਾ ਸਿੰਘ ਬਾਦਲ ਵੀ ਭਾਈ ਤੁਹਾਡੇ ਖਿਲਾਫ ਖੜਾ ਹੋ ਗਿਆ ਤੁਹਾਡਾ ਆਪਣਾ ਚਾਚਾ ਜੀ ਅਸਰ ਇਹਦਾ ਵੀ ਹੈ ਤੇ ਕਹਿੰਦਾ ਬਾਦਲ ਸਾਹਿਬ ਨੇ ਮੈਨੂੰ ਇੱਕ ਦੇਖ ਕੇ ਤੇ ਮੈਨੂੰ ਕਹਿੰਦਾ ਫੜਾਤਾ ਸੂਟਕੇਸ ਆ ਬੈਗ ਦਾ ਵੀ ਆ ਲੈ ਜਾਓ ਤੁਸੀਂ ਤੇ ਖਰਚਾ ਪਾਣੀ ਕਰ ਲਿਓ ਆਪੇ ਉੱਥੇ ਜਿੱਥੇ ਹੁਣ ਵੋਟਾਂ ਬਾਟਾਂ ਦੀ ਖਰੀਦ ਫਰੋਕ ਤਲਾ ਹੁੰਦਾ ਹੈ ਕਹਿੰਦਾ ਮੈਂ ਜੋ ਲੈ ਕੇ ਗਿਆ ਕੋਈ ਪ੍ਰੋ ਪੈਂਦੀ ਸੀਗੀ ਰਾਤ ਪੈਂਦੀ ਸੀ ਹੂੰ ਦਰ ਇਹ ਵੀ ਜੇ ਕਿਤੇ ਰਾਤ ਕੋਈ ਖੂ ਖਾ ਨਾ ਹੋ ਜੀ ਦਵਾਈ ਦਨੇ ਆਪ ਦੀ ਜੀਪ ਚ ਬੈਠੀ ਤੇ ਚੱਲੀਏ ਚੱਲੀਏ ਮੈਂ ਕਹਿੰਦਾ ਜਦੋਂ ਕਾਲੇ ਕਦਮੀ ਤੁਰ ਪਿਆ ਨਾ ਤੇ ਮੈਨੂੰ ਬਾਦਲ ਸਾਹਿਬ ਕਹਿੰਦੇ ਮੁੜੀ ਜੱਥੇ ਸਾਰਾ ਮੁੜੀ ਹੂੰ ਕਹਿੰਦਾ ਮੈਂ ਕਿਹਾ ਜੀ ਦੱਸੋ ਕਹਿੰਦਾ ਬੜੇ ਕਦਮ ਤੇਰੇ ਕਾਲੇ ਹੋ ਗਏ ਹੂੰ ਬੜੀ ਕਹਿੰਦਾ ਤੇਜ਼ੀ ਫੜ ਗਿਆ ਜਵਾਨ ਬੜ ਗਿਆ ਤੂੰ ਤਾਂ ਬੁਢੇ ਤੋਂ ਹੂੰ ਕਹਿੰਦਾ ਮੈਂ ਕਿਹਾ ਜੀ ਨਹੀਂ ਨਹੀਂ ਇਹ ਤਾਂ ਗੱਲ ਇਹ ਲਈ ਤਾਂ ਜਨੈ ਔਸਲਾ ਤਾਂ ਇਹਨੂੰ ਬਹੁਤ ਹੋ ਗਿਆ ਪਰ ਮੈਂਬਰੀ ਸਰਪੰਚੀ ਲੜਨ ਵਾਸਤੇ ਤਰਸਿਆ ਕਰੋਗੇ ਹੂੰ ਹੂੰ ਆ ਜਿਹੜਾ ਹੁਣ ਅਸੀਂ ਚਸਕਾ ਪਾ ਰਹੇ ਆ ਨਾ ਸਾਡੇ ਪੈਸੇ ਨਾਲ ਚਸਕਾ ਪੈਣਾ ਜੋ ਕੱਲ ਨੂੰ ਤੁਸੀਂ ਮੈਂਬਰੀਆਂ ਸਰਪੰਚੀਆਂ ਚ ਖੜੇ ਹੋਣਾ ਨਾ ਲੋਕ ਐ ਮੰਗਿਆ ਕਰ ਰਹੇ ਐ ਮੰਗਿਆ ਕਰ ਰਹੇ ਠੀਕ ਹੈ ਇਹ ਗੱਲ ਹੁਣ ਹੋ ਰਹੀ ਹੈ ਆਪਣੇ ਸਾਹਮਣੇ ਹੋ ਰਹੀ ਹੈ ਹੂੰ ਹੂੰ ਇਹ ਸਭ ਕੁਝ ਆਪਾਂ ਦੇਖਦੇ ਹੁਣ ਆ ਜਿਹੜੀ ਨਵੀਂ ਕਹਾਣੀ ਹੈ ਹੂੰ ਨਵੀਂ ਕਹਾਣੀ ਜੀ ਫਗਵਾੜੇ ਦੀ ਜੀ ਫਗਵਾੜੇ ਦੇ ਵਿੱਚ ਕਹਿੰਦੇ ਜੀ ਇੱਕ ਦੁਕਾਨ ਹੈ ਹੂੰ ਤੇ ਦੁਕਾਨ ਦੇ ਕੋਲੇ ਕਹਿੰਦੇ ਬਹੁਤ ਜ਼ਬਰਦਸਤ ਸੂਟ ਆ ਦੁਆਬਾ ਤੋਂ ਪਤਾ ਦੁਆਬਾ ਆਪਣੇ ਨਾਲੋਂ ਤਾਂ ਖੁਸ਼ਹਾਲ ਹੈ ਜੀ ਜੀ ਲੋਕਾਂ ਨੂੰ ਪਹਿਨਣ ਦੀ ਖਾਣ ਦੀ ਮਤਲਬ ਜਿਹੜੀ ਹੈਗੀ ਐ ਸ਼ੌਕ ਵੀ ਹੈਗਾ ਤੇ ਸਮਰੱਥਾ ਵੀ ਹੈਗੀ ਭਾਈ ਗਰੀਬ ਆਪਣੇ ਤਾਂ ਜੀ ਉਹਨੀ ਸਮਰੱਥਾ ਹੈ ਨਹੀਂ ਤੇ ਉਹਨਾਂ ਨੇ ਕਹਿੰਦਾ ਜੀ ਸਾਡੇ ਕੋਲੇ ਹੈਗੇ ਸੂਟ ਹੂੰ ਇਹ ਸੂਟ ਹੈਗੇ 5-5000 ਰੁਪਏ ਦੇ ਭਾਂਵੇਂ ਹੈ ਕਿ ਨਹੀਂ ਹੈ ਰੱਬ ਜਾਣਦਾ ਉਹ ਬਸ ਕਹਿੰਦਾ ਜੀ ਰੇਟ ਹੀ ਰੱਖਣਾ ਹਾਂਜੀ ਕਹਿੰਦੇ 5-5000 ਰੁਪਏ ਦੇ ਸੂਟ ਐ ਤੇ ਇਹ ਸੂਟ ਦੇਵਾਂਗੇ ਅਸੀਂ ਸਸਤੇ ਹੂੰ ਸਸਤੇ ਦੇਣ ਵਾਸਤੇ ਉਹਨਾਂ ਦੀ ਤਰੀਕ ਰੱਖਤੀ ਚਾਰ अच्छा जी ਜਿਹੜੀ ਕੱਲ ਬੀਤ ਗਈ ਕਹਿੰਦੇ ਜੀ 4 ਅਗਸਤ ਨੂੰ ਤੜਕੇ ਹੂੰ 3 ਵਜੇ ਤੋਂ ਲੈ ਕੇ ਤੇ 5 ਵਜੇ ਤੱਕ ਇਹ ਸੂਟ ਦਿੱਤੇ ਜਾਣਗੇ ਹੂੰ ਅੱਧੀ ਰਾਤ ਨੂੰ ਅੱਧੀ ਰਾਤ ਨੂੰ ਹਾਂਜੀ ਅਚਰਖੀ ਚੁਰਖੀ ਵਾਲੇ ਸਭ ਕਰਦੇ ਨੇ ਤੜਕੇ ਤਿੰਨ ਤੋਂ 5 ਵਜੇ ਤੱਕ ਤੁਸੀਂ ਆ ਜਿਓ ਹੂੰ ਸੂਟ ਹੋਊਗਾ 5000 ਰੁਪਏ ਦਾ ਹੂੰ ਤੇ ਦੇਵਾਂਗੇ ਕਿਵੇਂ ਤੁਹਾਨੂੰ ਬਸ ਸਾਹੀ ਕਹਿੰਦੇ 400 ਰੁਪਏ ਦਾ 390 95 ਰੁਪਏ ਦਾ ਦੇ ਦੇ ਹੂੰ ਤੇ ਜਿਨ੍ਹਾਂ ਬੰਦੇ ਨੇ ਆ ਕੇ ਲੈ ਲੇ ਪਹਿਲਾਂ ਕੂਪਨ ਹੂੰ ਉਹਨਾਂ ਨੂੰ ਮਿਲਗੇ ਸਿਰਫ ਉਹਨਾਂ ਨੂੰ ਹੂੰ ਤੇ ਦਾਨੇ ਵਾਲੀਆ ਸਭ ਫਿਰੇ ਆ ਵੀ ਸੋਸ਼ਲ ਮੀਡੀਆ ਅੱਜ ਕੱਲ੍ਹ ਤੁਹਾਨੂੰ ਪਤਾ ਵੀ ਪਤਾ ਵੀ ਨੇਰੀ ਠਾ ਦਿੰਦਾ ਨੇਰੀ ਠਾ ਦਿੰਦਾ ਇਹ ਜੇ ਪ੍ਰਚਾਰ ਵਾਸਤੇ ਜਿਹੜੀਆਂ ਬੁੜੀਆਂ ਨੇ ਕਦੇ ਇਹ ਵੀ ਨਹੀਂ ਦੇਖਿਆ ਸੀ ਮਾਤੜ ਨੇ ਬੱਤਰ 500 ਕੁਤਰੀ ਪਿਆ ਸੀ ਫਗਵਾੜਾ ਕਿੱਥੇ ਜੀ ਕੀ ਹੈ ਜੀ ਲਾਰੂ ਸਾਹਿਬ ਕਹਿੰਦੇ ਜੀ ਤਾਂ ਰਾਜੇ ਨੇ ਫ੍ਰੀ ਕਰਤੀਆਂ ਬੱਸਾਂ ਤਾਂ ਹਾਂ ਉਹਦੇ ਤੇ ਕਿਹੜਾ ਪੈਸੇ ਲੱਗਣਗੇ ਪੈਸੇ ਲੱਜੋ ਚੜ ਗਏ ਪੈਸੇ ਚੜ ਗਏ ਜੀ ਕੋਈ ਸ਼ਾਮ ਨੂੰ ਚੜ ਗਿਆ ਕੋਈ ਬੁੱਢਾ ਚੜ ਗਿਆ ਕੋਈ ਨਾਲ ਫਿਰ ਪੁਗਾ ਮੇਰੇ ਵਰਗੇ ਨੇ ਜਿਨ੍ਹਾਂ ਨੇ ਵਪਾਰ ਕਰਨਾ ਸੀ ਉਹ ਵੀ ਚੜ ਗਏ ਅੱਛਾ ਵਪਾਰੀ ਵੀ ਚੜ ਗਏ ਵਪਾਰੀ ਵੀ ਚੜ ਗਏ ਵੀ ਲਿਆਓ ਠੀਕ ਹੈ ਕੀ ਡਿਕ ਡਿਕ ਵੱਡੀ ਗੱਲ ਹੈ ਕਿ ਕਈ ਵਾਰ ਤਾਂ ਜੀਪਾਂ ਕਰਾਏ ਤੇ ਕਰਾ ਲੀਆਂ ਕਾਰਾਂ ਕਰਾ ਲੀਆਂ ਅੱਛਾ ਬੱਲੇ ਬੱਲੇ ਬੱਲੀ ਕਰਾ ਕੇ ਕਰਾ ਕੇ ਆਪਾਂ ਕੱਠਿਆਂ ਲੈ ਆਵਾਂਗੇ ਕਿਹੜਾ ਲੈ ਲਾਂਗੇ ਉੱਥੋਂ ਫਿਰ ਆਪਾਂ ਲੈ ਲਾਂਗੇ ਟਰੱਕ ਟਰੱਕ ਤੇ ਰੱਖ ਲਿਓ ਟਰੱਕ ਲੈ ਆਵਾਂਗੇ ਲ ਜਾ ਕੇ ਜਿਖੜ ਗਏ ਹੁਣ ਜਿਹੜਾ 5000 ਰੁਪਏ ਦੀ ਚੀਜ਼ 500 ਜਾਂ 400 ਜਾਂ 300 350 ਵਿੱਚ ਮਿਲਦੀ ਹੋਵੇ ਐਡਾ ਪਾਗਲ ਤਾਂ ਕੋਈ ਨਹੀਂ ਜਿਹੜਾ ਇਨਾ ਕਟਾ ਪਾਊਗਾ ਤੇ ਹੁਣਾਂ ਨੇ ਰੇਟ ਹੀ ਰੱਖਿਆ ਹੁੰਦਾ ਜੀ ਉਹ ਰੇਟ ਦੇਊ ਵੀ ਕਿਨੇ ਤਮਾਕਾ ਸੇਲ ਨਹੀਂ ਆਪਾਂ ਵੇਖਦੇ ਹੁੰਦੇ ਹੈ ਉਹ ਤਮਾਕਾ ਹੀ ਹੁੰਦਾ ਉਹ ਦੇਊ ਵੀ ਕਿਨੇ ਲਓ ਜੀ ਉਹਨਾਂ ਨੇ ਕਹਿੰਦੇ ਵੀ ਆਹ ਲਓ ਜੀ 700 ਤੇ ਟੋਕਨ ਉਹਨਾਂ ਨੇ ਵੰਡ ਤੇ ਜੀ ਹੂੰ ਦੇ ਸਾਥ ਸੋਲ ਦੇ ਟੋਕਨ ਵੰਡੇ ਤੇ ਫਿਰ ਵੀ ਮੇਰੀ ਬਾਰੀ ਮੂਰੇ ਮੈਂ ਮੂਰੇ ਤੇ ਮੈਂ ਮੂਰੇ ਕਿਤੇ ਰਹਿ ਨਾ ਜਾਵਾਂ ਹੂੰ ਹੂੰ 75 ਕ ਬੰਦੇ ਨੇ ਜੇ ਮਤਲਬ ਜਿਹੜੇ ਜਿਹੜੇ ਮੈਂਬਰ ਜੋ ਬੁੜੀਆਂ ਬੀਬੀਆਂ ਜਾਂ ਬੰਦੇ ਸੀ ਉਹਨਾਂ ਨੇ 75 ਕਨੇ ਸਮਾਨ ਲੈ ਲਿਆ ਹੂੰ ਉਹਨੇ ਦੇ ਵਿੱਚ ਹੀ ਜੀ ਉਹਨਾਂ ਨੇ ਸ਼ਟਰ ਸਿੱਟ ਤੇ ਥੋੜੀ ਜਿਹੀ ਗਲਤ ਧਮਾਕਾ ਸੇਲ ਬੰਦ ਹੋ ਗਈ ਹੂੰ ਹੂੰ ਜਦੋਂ ਧਮਾਕਾ ਸੇਲ ਬੰਦ ਹੋ ਗਈ ਫਿਰ ਦੇ ਤੇਰੇ ਦੀ ਲੈ ਤੇਰੇ ਦੀ ਬਾਹ ਬਾਹ ਹੋ ਗਈ ਉੱਥੇ ਹੂੰ ਲਾਹ ਡਾ ਆਰਡਰ ਦੀ ਪ੍ਰੋਬਲਮ ਹੋ ਗਈ ਹੂੰ ਧਰਨੇ ਤਪਿਆਂ ਦੀ ਗੱਲ ਹੋ ਗਈ ਧਰਨੇ ਲਾ ਤੇ ਉੱਥੇ ਪੁਲਿਸ ਬਲ ਆ ਗਈ ਜੀ ਪੁਲਿਸ ਵੀ ਆ ਹੋ ਗਈ ਆ ਅੱਧੀ ਰਾਤ ਨੂੰ ਪੁਲਿਸ ਆ ਗਈ ਅੱਧੀ ਰਾਤ ਨੂੰ ਪੁਲਿਸ ਆ ਗਈ ਪੁਲਿਸ ਵਾਲਿਆਂ ਨੇ ਤਾਂ ਹਾਲਤ ਵਾਲੀ ਮਾਰੀ ਹੁੰਦੀ ਹੈ ਨਾ ਕਿਉਂਕਿ ਰਾਤ ਨੂੰ ਗਸ਼ਤਾਂ ਕਰਦੇ ਹੁੰਦੇ ਆ 1:30 ਵਜੇ ਤਾਂ ਸੌਂਦੇ ਆ ਤੇ 3:00 ਵਜੇ ਨੂੰ ਇਹ ਖੜਕਾ ਲਿਆ ਇਹਨਾਂ ਨੇ ਖੜਕਾ ਲਿਆ ਹਾਂ ਖੜਕਾ ਲਿਆ ਉਹ ਵਿਚਾਰੇ ਮਤਲਬ ਭੱਜੇ ਟੁੱਟੇ ਨੀਂਦਰੇ ਦੇ ਮਾਰੇ ਉਹ ਆ ਗਏ ਤੇ ਬੁਰਾ ਹਾਲ ਤੇ ਬੈਂਕੇ ਦੇ ਆੜੇ ਦੀ ਫਿਰ ਧਰ ਧਰਨਾ ਲੱਗਦਾ ਵੀ ਸਾਡੇ ਨਾਲ ਤਾਂ ਟੱਗੀ ਕੀਤੀ ਹੈ ਜੀ 700 ਨੂੰ ਜਦੋਂ ਕੂਪਨ ਦਿੱਤੇ ਸੀ ਤਾਂ 700 ਨੂੰ ਫਿਰ ਕਿਉਂ ਨਹੀਂ ਕਹਦੇ ਸੂਟ ਦਿੱਤੇ ਉਹ ਇੱਕ ਅਖਬਾਰ ਨੇ ਲਿਖਿਆ ਜਿਵੇਂ ਸੂਟਾਂ ਦੇ ਟੋਪ ਤੋਪੇ ਕਰ ਲਿਆ ਉਹਨਾਂ ਨੇ ਨਹੀਂ ਪਟਦੇ ਤੋਪੇ ਮੇਰੇ ਖਲੇ ਕੰਗਾ ਨੇ ਆਪਦੇ ਪਟਾਲੇ ਉਹ ਜੇ ਦੱਸੇ ਨਹੀਂ ਹੁਣ ਇਹਦੇ ਕੱਲ ਤੱਕ ਖਬਰ ਆ ਜੂ ਕੰਗਾ ਦੀ ਜੇਬਾਂ ਵੀ ਕਟੀਆਂ ਗਈਆਂ ਬਿਲਕੁਲ ਜੀ ਬਿਲਕੁਲ ਕਿਉਂਕਿ ਇਹੋ ਜੀ ਜਗ੍ਹਾ ਦੇ ਉੱਤੇ ਫਿਰ ਗਾ ਆਪਣੇ ਦੀਪ ਕਰਦੇ ਜੇ ਇੱਕ ਤਰੀਕ ਵੀ ਪਹੁੰਚ ਪਹੁੰਚ ਹੁਣ ਉਹ ਜੀ ਉਹਨਾਂ ਨੇ ਕੇਸ ਕੁਸਰ ਰਜਿਸਟਰ ਕਰ ਲਿਆ ਅੱਜ ਸਾਰਾ ਦਿਨ ਮੇਰੇ ਖਲੇ ਵੀ ਪੁਲਿਸ ਨੂੰ ਹੋਰ ਤਾਂ ਕੋਈ ਕੰਮ ਨਹੀਂ ਕਰਨ ਦਿੱਤਾ ਹੁਣ ਉਹ ਇਸੇ ਗੱਲ ਦੇ ਉੱਤੇ ਉਹਨੇ ਵੀ ਰਾਜੀਨਾਮਾ ਦੇ ਦੋ ਲੈ ਲਓ ਜਾਂ ਜਿਹੜਾ 700 ਬੰਦੇ ਨੂੰ ਕੁਝ ਲਓ ਦੇਓ ਕੁਝ ਉਹਦੇ ਚਲੋ ਠੀਕ ਆ ਵੀ ਜਿਹੜਾ ਨੀਂਦਰਾ ਦਾ ਪੁਲਿਸ ਆ ਜਿਹਦੇ ਵੀ ਕ ਉਹ ਚਾਚੂ ਦੇ ਬਿੱਲ ਪੈਂਡਿੰਗ ਪਏ ਹੁੰਦੇ ਆ ਉਹ ਮੁੰਸ਼ੀ ਤੇ ਵਿਚਾਰੇ ਤੇ ਬੋਝ ਪੈ ਜਾਂਦਾ ਨਾ ਜਿਆਦਾ ਆ ਜਿਆਦਾ ਤੋਂ ਉਸੇ ਤੇ ਪੈਂਦਾ ਕਿ ਕੁਝ ਤੁਸੀਂ ਆਪਾਂ ਮੱਥੜ-ਤਮੱਤਰ ਦੋ ਪੱਤਰਕਾਰ ਉੱਠ ਕੇ ਕੋਈ ਮੌਜੂਦ ਬੰਦੇ ਉਹ ਮੁੰਸ਼ੀ ਨਹੀਂ ਕਾਹ ਪਈ ਉਹ ਕਹਿੰਦੇ ਐਸਚੂ ਸਾਹਿਬ ਕਹਿੰਦੇ ਵੀ ਚਾ ਲੈ ਆਓ ਚਾਹ ਤਾਂ ਫਿਰ ਮੁੰਸ਼ੀ ਦੇ ਖਾਤੇ ਚੱਲਦਾ ਨੂੰ ਮੁੰਸ਼ੀ ਦੇ ਕੋਲੇ ਜਿਹੜੀ ਕਮਾਈ ਹੁੰਦੀ ਆ ਫਿਰ ਇਹਦੀ ਆ ਜਾਂਦੀ ਆ ਵੀ ਚਲ ਆਏ ਦੇ ਚ ਭਾਈਏ ਨੂੰ ਆ ਬਿੱਲ ਦਵਾ ਦਿੱਤੇ ਆ ਬਿੱਲ ਦਵਾ ਦਿੱ ਆ ਕੁਛ ਹੋਇਆ ਜੀ ਫਗਵਾੜੇ ਚ ਕੱਲ ਚਲੋ ਸਭ ਵੈਸੇ ਆਪਾਂ ਰੇਡੀਓ ਦੇ ਤੇ ਇਹ ਗੱਲ ਬਹੁਤ ਵਧੀਆ ਤੁਸੀਂ ਗੱਲ ਜਿਹੜੀ ਇਹ ਚਰਚਾ ਕੀਤੀ ਆ ਦੇਖੋ ਕਹਿੰਦੇ ਜੀ 50% ਡਿਸਕਾਊਂਟ ਹੁਣ ਕਈ ਵਾਰੀ ਮੈਂ ਇੱਥੇ ਲਿਖਾਈ ਬ ਟੂਟੀਆਂ ਦੀ ਗੱਲ ਸੁਣਾਉਣਾ ਹਾਂਜੀ ਟੂਟੀਆਂ ਦੇ ਉੱਤੇ ਜਦੋਂ ਇੱਕ ਦੋ ਬ੍ਰਾਂਡ ਕੋਈ ਹੋਊਗਾ ਪਰ ਅਸਲ ਦੇ ਵਿੱਚ ਰੇਟ ਉਹਦਾ ਇੰਨਾ ਕੁ ਹੁੰਦਾ ਰਹੇ ਰੱਬ ਦਾ ਨਾ ਪਤਾ ਨਹੀਂ ਸਰਕਾਰ ਨੂੰ ਸਪਲਾਈ ਕਰਨਾ ਕੀ ਕਰਨਾ ਪਰ ਉਹਦੇ ਵਿੱਚ ਪਹਿਲਾ ਰੇਟ ਕਿੱਥੋਂ ਸ਼ੁਰੂ ਹੁੰਦਾ ਜੀ 40% ਡਿਸਕਾਊਂਟ ਹਾਂਜੀ ਪਲੱਸ 30% ਡਿਸਕਾਊਂਟ ਪਲੱਸ 10% ਡਿਸਕਾਊਂਟ ਹਾਂਜੀ ਹਜ਼ਾਰ ਰੁਪਏ ਦੀ ਚੀਜ਼ ਉਹ 2.5 300 ਦੇ ਦੇ ਕੇ ਤੋੜ ਦਿੰਦੇ ਆ ਹੁਣ ਉਹਨੂੰ ਕੀ ਕਹੋਗੇ ਇੱਕ ਮਿੰਟ ਐਮ ਆਰ ਪੀ ਤਾਂ ਇੰਨਾ ਹੀ ਰੱਖਣੀ ਹੈ ਹੁਣ ਇਹਨਾਂ ਦੇ ਸੂਟ ਐਹੋ ਜਿਹੇ ਹੁੰਦੇ ਜਿਹੜਾ 5000 ਦਾ ਸੂਟ ਜਾਂ ਕੋਈ ਵੀ ਕਹੈਨ ਉਹਨਾਂ ਨੇ ਦੱਸੋ 5000 ਦਾ ਉਹਦਾ ਪੈਰਾਮੀਟਰ ਕੀ ਹੈ ਬਿਲਕੁਲ ਕਹਿਣੀ ਹੈ ਨਾ 5000 ਦਾ ਧਮਾਕਾ ਸੇਲ ਆਪਣੇ ਦੇਖ ਲਓ ਕਿੰਨੀਆਂ ਲੱਗਦੀਆਂ ਇੱਥੇ ਅੱਜ ਲੈਂਦੀਆਂ ਜਿਹੜੇ ਮੈਰਿਜ ਪੈਲਿਸ ਕਿਰਾਏ ਤੇ ਲੈ ਕੇ ਵੇਚਦੀ ਹੈ ਤੇ ਲੁੱਕ ਕਿਵੇਂ ਡਿਗਦੇ ਉੱਥੇ ਤੇ ਬਾਅਦ ਚੋਦੀ ਪਤਾ ਲੱਗਦੇ ਵੀ ਇਹਦੇ ਤਾਂ ਚਿਰਕੀ ਨਿਕਲ ਗਈ ਉਹ ਦਰਜੀ ਸਿਉਈ ਜਾਂਦਾ ਹੁੰਦਾ ਤੇ ਉਹ ਕਹਿੰਦੇ ਉਹ ਵੀ ਸਿਉਣ ਇੱਕ ਪਾਸੇ ਰਹਿ ਜਾਂਦੀ ਤੇ ਸੂਟ ਇੱਕ ਪਾਸੇ ਰਹਿ ਜਾਂਦਾ ਆਪਣੇ ਆਦੇਸ਼ ਯੂਨੀਵਰਸਿਟੀ ਹੈ ਨਾ ਹ ਉਹ ਕਹਿੰਦੇ ਜੀ ਉੱਥੇ ਸਸਤੇ ਬਹੁਤ ਮਿਲ ਜਾਂਦੇ ਆ ਜੁੱਤੇ ਮੈਂ ਨਾ ਆਮ ਤੌਰ ਤੇ 2-300 ਰੁਪਏ ਵਾਲੇ ਲੈਣਾ ਹੁੰਦਾ ਹੂੰ ਹੂੰ ਆ ਪਿਛਲੇ ਦਿਨਾਂ ਚ ਬੇਟਾ ਕਹਿੰਦਾ ਕਹਿੰਦਾ ਤੁਸੀਂ ਆਪਾਂ ਐ ਕਰੀਏ ਨਾਲੇ ਤਾਂ ਉਥੋਂ ਗੈਸ ਪਾ ਲਵਾਂਗੇ ਗੱਡੀ ਦੇ ਵਿੱਚ ਤੇ ਨੇੜੇ ਹੈਗਾ ਸਿਲਸਿਲੇ ਦੇ ਨਾਲੇ ਸਸਤੇ ਮੈਂ 80% ਕੇ ਜੀ ਉੱਥੇ ਹੈਗੇ ਡਿਸਕਾਊਂਟ ਡਿਸਕਾਊਂਟ ਹੈਗਾ ਚਲੋ ਡਿਸਕਾਊਂਟ ਚੀਜ਼ ਹੀ ਇਹੋ ਜੀ ਹੈ ਮੈਂ ਤਾਂ ਪਹਿਲਾਂ ਦੱਸ ਕੇ ਟੇ ਬਈ ਜੇ ਵੱਡੇ ਵੱਡੇ ਬੰਦੇ ਹੱਲ ਜਾਂਦੇ ਤੇ ਮੈਨੂੰ ਵੀ ਅੱਗੇ ਚੱਲ ਰਹੀ ਮੈਂ ਕੀ ਉਹ ਮੈਨੂੰ ਕਹਦਾ ਮੈਂ ਵੀ ਬੂਟ ਲੈਣ ਦੇ ਤੁਸੀਂ ਚਲੋ ਜੀ ਅਸੀਂ ਗਏ ਇੱਕ ਦੁਕਾਨ ਦੇ ਵਿੱਚ ਕੁਦਰਤੀ ਤੌਰ ਤੇ ਤੇਰਾ ਦੁਕਾਨਦਾਰਾ ਮੈਨੂੰ ਕਹਿੰਦਾ ਜੀ ਮੈਂ ਵੇਖਿਆ ਲੱਗਦਾ ਤੁਹਾਨੂੰ ਕਿਤੇ ਮੈਂ ਕਿਹਾ ਭਰਾਵਾ ਸ਼ਹਿਰ ਚ ਇੱਥੇ ਤੱਕੇ ਤੁਕੇ ਖਾਂਦੇ ਫਿਰਦੇ ਤੂੰ ਦੇਖ ਲੈ ਹੁਣੇ ਦੱਸੋ ਜੀ ਮੈਂ ਕਿਹਾ ਵੀ ਆਹ ਬੂਟ ਕਹਿੰਦਾ ਇਹ ਤਾਂ ਜੀ ਹੈ ਨਹੀਂ ਕੇ ਡਿਸਕਾਊਂਟ ਵਾਲੀ ਆਹ ਬੂਟ ਕਹਿੰਦਾ ਇਹ ਵੀ ਹੈ ਨਹੀਂ ਡਿਸਕਾਊਂਟ ਵਾਲੀ ਥੋੜੀ ਵਾਲੀ ਗੱਲ ਤੇ ਥੱਲੇ ਜੇ ਭਾਈ ਕਹਿੰਦਾ ਆਹ ਡਿਸਕਾਊਂਟ ਵਾਲੀ ਹੈ ਹੂੰ ਮੈਂ ਉਹਨੂੰ ਕਿਹਾ ਜੂਰੀ ਨੂੰ ਮੈਂ ਕਿਹਾ ਵੀ ਹੁਣ ਫੇ ਕਿਹੜੇ ਲੱਗੇ ਆਪਾਂ ਉਹ ਵੇਖ ਬੂ ਕੇ ਕਹਿੰਦਾ ਯਾਰ ਲੈ ਲਓ ਤੇ ਗੱਲ ਕਿੱਥੇ ਪਹੁੰਚ ਗਈ ਗੱਲ ਉਹੀ ਹੈ ਕਿ ਜਿਹੜੇ ਇੱਥੇ ਪੰਜ ਕੁ ਸੌ ਦੇ ਮਿਲਨੇ ਸੀ ਉਹ 12 12 13 1300 ਰੁਪਏ ਦੇ ਮਿਲੇ ਮਿਲੇ ਆ ਦਸ ਉਹ ਲੈ ਕੇ ਮਤਲਬ ਗੱਲ ਇਹ ਵੀ ਦਿਖਾਇਆ ਡਿਸਕਾਊਂਟ ਜਾਂਦਾ ਹੈ ਕੱਢਣ ਪਾਉਣ ਨੂੰ ਕੱਖ ਨਹੀਂ ਦੱਸ ਕੱਢ ਕੇ ਸੱਤ ਰਹਿੰਦੇ ਬਸ ਉਹ ਬੰਦੇ ਸੱਤ ਰਹਿੰਦੇ ਆ ਡਿਸਕਾਊਂਟ ਦੇਖ ਕੇ ਆਪਾਂ ਭੱਜ ਲੈਣੀ ਵੀਥੇ ਡਿਸਕਾਊਂਟ ਮਿਲ ਜੀ ਮੈਂ 5000 ਵਾਲਾ ਕਹਤਾ ਜੀ 395 ਦਾ ਮਿਲੂਗਾ 395 ਦੇ ਲਿਆ ਜਨਾਲੀ ਸਾਰੀ ਦੁਨੀਆ ਤੁਰਪੀ ਜੇ ਯਾਰ ਆਪਣੇ ਵਰਗੇ ਬੰਦੇ ਵੀ ਇਸ ਇਹਦਾ ਸ਼ਿਕਾਰ ਹੋ ਜਾਂਦੇ ਤਾਂ ਫਿਰ ਤਾਂ ਬਾਕੀ ਦੁਨੀਆ ਨੂੰ ਆਪਾਂ ਕਹਾਂਗੇ ਕੀ ਕਹਾਂਗੇ ਸਭ ਤੋਂ ਪਹਿਲੇ ਗੁਨਾਹ ਕਰਤਾ ਅਸੀਂ ਆਪਾਂ ਇਸੇ ਕਰਕੇ ਮਾਈਕ ਦੇ ਉੱਤੇ ਬੈਠ ਕੇ ਆਪ ਜਿਹੜਾ ਜਿਵੇਂ ਸਿਆਣੇ ਕਹਿੰਦੇ ਨੇ ਨਾ ਪੁਰਾਣੀਆਂ ਕਹਾਵਤਾਂ ਕਿ ਮਹਿੰਗਾ ਰੋਵੇ ਇੱਕ ਵਾਰ ਤੇ ਸਸਤਾ ਰੋਵੇ ਵਾਰ-ਵਾਰ ਇਹ ਗੱਲ ਯਾਦ ਰੱਖੋ ਜਿਹੜੀ ਚੀਜ਼ ਸਸਤੀ ਮਿਲਦੀ ਹੈ ਨਾ ਉਹ ਪਾਇਦਾਰ ਨਹੀਂ ਹੁੰਦੀ ਪਾਇਦਾਰ ਨਹੀਂ ਹੁੰਦੀ ਨਾਲੇ ਢਿੱਲੋ ਸਾਹਿਬ ਮੈਂ ਅੱਜ ਬੈਠਾ ਸੀ ਉੱਥੇ ਪਿੰਡ ਗਿਆ ਸੀ ਮੈਂ ਤੇ ਉੱਥੇ ਸਾਡੇ ਘਰਾਂ ਚੋਂ ਚਾਚਾ ਜੀ ਉਹਨਾਂ ਦੀ ਡੈਥ ਹੋ ਗਈ ਤੇ ਅਫਸੋਸ ਕਰਨਾ ਤੇ ਅਫਸੋਸ ਤਾਂ ਤੁਹਾਨੂੰ ਪਤਾ ਹੈ 2 ਮਿੰਟ ਆਪਾਂ ਗੱਲ ਕਰਦੇ ਆਂ ਉਸ ਤੋਂ ਬਾਅਦ ਤਾਂ ਦੁਨਿਆਵੀ ਗੱਲਾਂ ਹੀ ਚੱਲਦੀਆਂ ਨੇ ਬਿਲਕੁਲ 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 ਉੱਥੇ ਵੀ ਕਿਸਾਨ ਹੱਟ 13-13 ਵਾਲੇ ਦੀ ਗੱਲ ਚੱਲ ਹਾਂਜੀ ਹਾਂਜੀ ਬੱਕਰੀਆਂ ਦੇ ਸ਼ਿਕਾਰ ਮੈਨੂੰ ਉੱਥੇ ਵੀ ਦੋ ਮਿਲ ਗਏ ਇੱਕ ਦੂਪੱਲਾ ਗਾਈਆਂ ਦੀ ਸਰ੍ਹਸੇ ਦੀ ਫਰਮ ਉਹਦੇ ਵੀ ਮਿਲ ਗਏ ਹੂੰ ਹੂੰ ਗੱਲ ਉਹੀ ਚੱਲ ਪਈ ਮੈਨੂੰ ਕਹਿੰਦੇ ਬਾਈ ਤੂੰ ਵੀ ਗਾਈਆਂ ਰੱਖੀਆਂ ਸੀ ਕਹਿੰਦਾ ਯਾਰ ਜੀ ਇੱਥੇ ਕਹੀਏ ਵੀ ਤੁਹਾਨੂੰ ਇੱਕ ਗੱਲ ਦੱਸੂ ਵੀ ਜਿਹੜੇ ਗਾਈਆਂ ਵੇਚੀ ਜਾਂਦੇ ਪਤੰਦਰੋ ਦਾ ਹਿਸਾਬ ਕਿਤਾਬ ਤਾਂ ਲਾ ਲਓ ਇੱਕ ਗਾਂ ਇੰਨੇ ਦਾ ਬੱਚਾ ਬੱਚੀ ਬੱਚੀ ਗਾਂ 50000 ਦੀ ਫਿਰ ਦੂਜੇ ਸੂਏ ਫਿਰ ਉਹ ਬੱਚੀ ਦੇ ਤੀਜੇ ਸਾਲ ਉਹਦੀ ਬੱਚੀ ਸੂਪੂਗੀ ਫਿਰ ਇੰਨੇ ਦਾ ਮੈਂ ਕਹਿੰਦਾ ਯਾਰ ਕੋਈ ਐ ਤਾਂ ਨਹੀਂ ਦੱਸਦਾ ਵੀ ਅਮਰੀਕਨ ਗਾਈਆਂ ਫਾਂਡਰੂ ਕਿੰਨੀਆਂ ਹੁੰਦੀਆਂ ਹੂੰ ਤੇ ਉਹਦੇ ਵਿੱਚੋਂ ਬੱਚੇ ਕਿੰਨੇ ਨਿਕਲਣਗੇ ਤੇ ਬੱਚੇ ਜਿਹੜੇ ਪਹਿਲਾਂ ਤਾਂ ਖਾਣਗੇ ਫਿਰ ਤੁਸੀਂ ਸੜਕ ਤੇ ਛੱਡੋਗੇ ਉਹਦਾ ਘਟਾ ਉਹਦੇ ਨਾਲ ਫਿਰ ਐਕਸੀਡੈਂਟ ਹੋਊਗਾ ਬੰਦੇ ਮਰ ਦੇਣਗੇ ਨਹੀਂ ਐਕਸੀਡੈਂਟ ਤਾਂ ਛੱਡੋ ਕਹਿੰਦਾ ਯਾਰ ਬਾਈ 20 ਵੇਚੀਆਂ ਸੀ ਨਾ ਤੁਹਾਨੂੰ ਬਦਲਾਉਣਾ ਪਰਚਾ ਹੋਇਆ ਵੇ 36 ਗੜ੍ਹ ਚ ਅੱਛਾ ਨਾ ਰੋਜ਼ ਹੀ ਹੁੰਦੇ ਪਰਚੇ ਕਦੇ ਕਿਤੇ ਹੋ ਜਾਂਦਾ ਕਦੇ ਕਿਤੇ ਹੋ ਜਾਂਦਾ ਤੇ ਅੱਜ ਕੱਲ ਨੂੰ ਪਾਲਾ ਵੀ ਬਦਲ ਗਏ ਅੱਛਾ ਪਾਲਾ ਹੀ ਬਦਲ ਗਏ ਪਾਲਾ ਵੀ ਬਦਲ ਗਈ ਅੱਛਾ ਹਾਂ ਉਹ ਮਤਲਬ ਆ ਜੋ ਦੂਜੇ ਪਾਸੇ ਚਲੇ ਗਏ ਨੇ ਕਿਉਂਕਿ ਉਹਨਾਂ ਜਿਹੜੀਆਂ 35 36 ਕਹਿੰਦੇ ਟਿਕ ਟਕ ਕੱਟਣੀਆਂ ਹਾਂ ਹਾਂ ਅੱਜ ਤਾਂ ਪ੍ਰਸ਼ਾਂਤ ਕਿਸ਼ੋਰ ਕਹਿੰਦੇ ਚਲਾ ਗਿਆ ਨੇ ਛੱਡ ਗਿਆ ਅੱਛਾ ਜੀ ਪਰ 35 36 ਦੀਆਂ ਟਿਕ ਟਕ ਕੱਟਣੀਆਂ ਪ੍ਰਸ਼ਾਂਤ ਕਿਸ਼ੋਰ ਦੇ ਫਾਰਮੂਲੇ ਦੇ ਮੁਤਾਬਕ ਹੂੰ ਉਹਦੇ ਵਿੱਚ ਕਹਿੰਦੇ ਉਹ ਐਮਐਲਏ ਸਾਹਿਬ ਦਾ ਨਾਮ ਵੀ ਆਉਂਦਾ ਅੱਛਾ ਜੀ ਤੇ ਫਿਰ ਉਹ ਨਾਲ ਦੀ ਨਾਲ ਮਾਰੀ ਛਾਲ ਤੇ ਨਵਜੋਤ ਸਿੰਘ ਸਿੱਧੂ ਦੇ ਨਾਲ ਹੁੰਦਾ ਅੱਜ ਕੱਲ ਅੱਛਾ ਹਾਂ ਪੂਰਾ ਇਹ ਕਹਿੰਦਾ ਹਾਂ ਹਾਂ ਵੀ ਜੀ ਮੇਰੀ ਕਿਤੇ ਟਿਕਟਾਂ ਖੱਟੀ ਆਵੇ ਉਹ ਉਹਨੇ ਕਾਫੀ ਕੁਝ ਵੇਚਿਆ ਉਹਨੇ ਉਹ ਵੀ ਬੇਚਿਆ ਉਹਨੇ ਮਤਲਬ ਦੂਜਾ ਵੀ ਉਹ ਜਿਹੜਾ ਹੈਗਾ ਜ਼ਮੀਨਾਂ ਵੀ ਲੋਕਾਂ ਨੂੰ ਵੀ ਜੂਪੀ 'ਚ ਐਮਪੀ 'ਚ ਮੱਦੇ ਬੇ ਉਹ ਵੀ ਦਿੱਤੀਆਂ ਨੇ ਉਹ ਵੀ ਦਿੱਤੀਆਂ ਕਿੱਲੇ ਕਿੱਲੇ ਦਿੱਤੇ ਨੇ ਕਿੱਲਾਂ ਦੇ ਵਿੱਚ ਹਿੱਸੇਦਾਰ ਦੇਤੇ ਹਾਂਜੀ ਹਾਂ ਛਤਿਸਗੜ ਕਾਫੀ ਪੈਸਾ ਕਿਉਂਕਿ ਉੱਥੇ ਉਹਦਾ ਖੇੜਾ ਨਹੀਂ ਛੁੱਟਣਾ ਕਿਉਂਕਿ ਕਬਾਈਲੀ ਲੋਕਾਂ ਦੇ ਬਿਲਕੁਲ ਬਿਲਕੁਲ ਠੀਕ ਹੈ ਤੁਹਾਨੂੰ ਪਤਾ ਪਰਲ ਵਾਲੇ ਵੀ ਹੁਣ 36 ਗੜਾ ਵਾਲੇ ਇਲਜ਼ਾਨ ਨੂੰ ਫਿਰਦੇ ਇਹਨਾਂ ਨੂੰ ਵੀ ਇਹਦਾ ਅੰਦਰ ਹੁਣ ਮੁਕਸਰ ਸਾਰਾ ਲਾਣਾ ਮੁਕਸਰ ਜੀਲ 'ਚ ਬੈਠਾ ਤੇ ਪੰਜਾਬ 'ਚੋਂ ਨਿਕਲਣ ਦੇ ਲਈ ਜਿਵੇਂ ਪੈਸੇ ਦੇਈ ਜਾਂਦੇ ਵੀ ਪੰਜਾਬ 'ਚੋਂ ਨਾ ਸਾਨੂੰ ਲੈ ਜਾਣਗੇ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਸੀ ਪਰਲ ਦੀ ਗੱਲ ਛੇੜ ਲਈ ਤੁਸੀਂ ਹੂੰ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਸੀ ਕਿ ਇੱਕ ਪੰਜਾਬ ਦੇ ਵਿੱਚ ਇੱਕ ਮਤਲਬ ਸਾਰੀ ਚੀਜ਼ ਦਾ ਕਿਤੇ ਵੀ ਨਾਸ ਨਹੀਂ ਹੁੰਦਾ ਹੂੰ ਹੂੰ ਪੁਲਿਸ ਵਾਲੇ ਚੰਗੇ ਵੀ ਬਹੁਤ ਹੁੰਦੇ ਆ ਤੇ ਮਾੜੇ ਵੀ ਮਾੜੇ ਵੀ ਬਹੁਤ ਹੁੰਦੇ ਆ ਲੇਕਿਨ ਕੁਝ ਚੰਗੇ ਹੈਗੇ ਆ ਪત્રਕਾਰਾਂ ਦੇ ਵਿੱਚ ਵੀ ਸਾਡੇ ਚ ਬਹੁਤ ਸਾਰੇ ਬੰਦੇ ਮਾੜੇ ਐ ਸਾਡੇ ਵਰਗੇ ਮਾੜੇ ਵੀ ਹੈਗੇ ਕੁਝ ਚੰਗੇ ਵੀ ਹੈਗੇ ਜਿਨ੍ਹਾਂ ਦੀ ਬੱਦੀ ਖੜੀ ਵੀ ਹੈ ਹੂੰ ਲਓ ਜੀ ਪਰਲ ਵਾਲੀ ਆਪਾਂ ਡਿਸਕਸ ਕੀਤੀ ਸੀ ਹੂੰ ਕਿ ਗੱਲ ਕਿਧਰ ਨੂੰ ਜਾ ਰਹੀ ਐ ਉਹ ਤਾਂ ਬੈਠਾ ਜੇਲ ਦੇ ਵਿੱਚ ਹਾਂ ਕੁੜੀ ਵੀ ਜੇਲ ਪੂਰੀ ਕੁੜੀ ਕੁਪਰਜੂ ਆਈ ਵੀ ਜੇਲ ਉਹ ਇਨਵੈਸਟੀਗੇਸ਼ਨ ਜੀ ਹੁਣ ਜਿਹੜੀ ਐ ਫਿਰੋਜ਼ਪੁਰ ਪੁਲਿਸ ਤੋਂ ਵਾਪਸ ਲੈ ਕੇ ਅੱਛਾ ਜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਕੋਲੇ ਪਹੁੰਚ ਗਈ ਅੱਛਾ ਜੀ ਤੇ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਐ ਹੂੰ ਉਸ ਟੀਮ ਦਾ ਜਿਹੜਾ ਮੁਖੀ ਐ ਨਾ ਹੂੰ ਮਤਲਬ ਉਹਦੀ ਤੁਸੀਂ ਇਹ ਦੇਖੋ ਕਿ ਸਿਰ ਘੁਰਕੜਾ ਨਹੀਂ ਮਿਲਦਾ ਬੰਦੇ ਨੂੰ ਹਮ ਹਰ ਕੰਪਲਿਕੇਟਿਡ ਮਾਮਲਾ ਜਿਹੜਾ ਹੈਗਾ ਉੱਪਰ ਲੈਵਲ ਤੇ ਉਹਦੇ ਆ ਕਿਉਂਕਿ ਪੈਸਾ ਉਹਨੇ ਨਹੀਂ ਲੈਣਾ ਹਮ ਸਫਾਰਸ਼ ਉਹਨੇ ਨਹੀਂ ਮੰਨਣੀ ਖੱਬੀ ਖਾਨ ਤੋਂ ਖੱਬੀ ਖਾਨ ਬੰਦੇ ਜਿਹੜੇ ਹੁਣ ਭਾਵੇਂ ਪੁਲਿਸ ਵਾਲੇ ਵੀ ਉਹਨੇ ਟਾਂਗ ਹੀ ਦੇਣੀ ਹਮ ਕੌਣ ਹੈ ਹੈਗੇ ਮਿਸਟਰ ਆਰਸਟਲੋ ਅੱਛਾ ਜੀ ਉਹਨਾਂ ਬਾਰੇ ਇੱਕ ਗੱਲ ਕਹੀ ਜਾਂਦੀ ਲੋਕ ਕਹਿੰਦੇ ਵੀ ਅਮਰਤਾਰਿਸ ਸਿੱਖ ਹੈਗੇ ਹਮ ਕੰਮ ਦੋ ਹੈ ਹਮ ਜਾਂ ਤਾਂ ਉਹਨੇ ਆਵਦਾ ਹੋ ਕੰਮ ਕਰਨਾ ਤੇ ਜਾਂ ਉਹਨੇ ਬੇਗਰੂਜ਼ਾ ਜਾਬ ਕਰਨਾ ਅੱਛਾ ਜੀ ਉਹ ਕਹਿੰਦੇ ਜੀ ਤਫਤੀਸ਼ ਉਹ ਵੀ ਉੱਥੇ ਚਲੀ ਗਈ ਮੈਨੂੰ ਜੀ ਕੱਲ ਹੀ ਚੰਡੀਗੜ੍ਹ ਤੋਂ ਪਤਾ ਲੱਗਿਆ ਸੀ ਕਿਸੇ ਸੱਜਣ ਨਾਲ ਗੱਲ ਹੋ ਰਹੀ ਸੀ ਕਹਿੰਦੇ ਜੀ ਜਾਂਚ ਉਧਰ ਨੂੰ ਚਲੀ ਗਈ ਹਾਂ ਹਾਂ ਪਰਲ ਵਾਲਿਆਂ ਦੀ ਜੀ ਤੇ ਇਹ ਆ ਮਾਈਨਿੰਗ ਮੂਨ ਵਾਲੇ ਮਾਮਲੇ ਵੀ ਜਿਹੜੇ ਆ ਕਾਫੀ ਸਾਰੇ ਜਾਣਦੇ ਸੋ ਇਸ ਕਰਕੇ ਮਤਲਬ ਹੈ ਹੂੰ ਕਈ ਵਾਰੀ ਆਪਾਂ ਨੂੰ ਇਹ ਲੱਗਦਾ ਹੁੰਦਾ ਕਿ ਬੰਦ ਕੰਮ ਪੈਸੇ ਬੜੇ ਬਣਦੇ ਆ ਪਰ ਜੇ ਹੁਣ ਆਪਾਂ ਦੇਖੀਏ ਨਿਰਮਲ ਸਿੰਘ ਪੰਗੂ ਦੀ ਹਾਲਤ ਹੂੰ ਹੂੰ ਬਥੇਰੇ ਪੈਸੇ ਬਣਾ ਲਈ ਜਿੰਨਾ ਮੇਰੇ ਖਿਆਲ ਆ ਵੀ ਇਸ ਵੇਲੇ ਬੰਦਾ ਉਹ ਦੁਖੀ ਹੈ ਅਪਾ ਖਬਰਾਂ ਚ ਖਬਰਾਂ ਲਾ ਦਿੰਦੇ ਆ ਟੀਵੀ ਚੈਨਲਾਂ ਤੇ ਵੀ ਗੱਲ ਕਰ ਲੈਂਦੇ ਆ ਰੇਡੀਓਸ ਤੇ ਵੀ ਗੱਲ ਕਰ ਲੈਂਦੇ ਆ ਦੇਖੋ ਜੀ ਉਹ ਬੰਦਾ ਤਾਂ ਐਸ਼ ਕਰਦਾ ਫਾਈਵ ਸਟਾਰ ਹੋਟਲ ਦੇ ਵਿੱਚ ਪਿਆ ਜੇਲ੍ਹ ਚ ਨਹੀਂ ਪਿਆ ਦਾਨੀਲ ਗਿਆ ਸਭ ਜਦੋਂ ਜੇਲ੍ਹ ਦੀ ਵਿੰਦਰ ਭੇਜਦੇ ਆ ਕਿਤੇ ਜਦੋਂ ਤੁਹਾਡੇ ਤੇ ਗੁਲਾਮੀ ਆ ਗਈ ਗੁਲਾਮੀ ਆ ਗਈ ਤੁਸੀਂ ਇੱਥੇ ਬੈਠੇ ਹੋ ਤੁਹਾਨੂੰ ਬੋਲ ਦਾ ਸਾਹ ਲੈਣਾ ਤੁਹਾਨੂੰ ਇੱਥੇ ਬਿਸਕੀ ਵੀ ਮਿਲੂ ਲੰਗਰ ਪਾਣੀ ਵੀ ਮਿਲੂ ਜੇ ਤੁਹਾਨੂੰ ਕਹਿੰਦੇ ਬਾਹਰ ਨੂੰ ਨਹੀਂ ਚੱਕਣਾ ਤੇ ਤੁਹਾਡੀ ਹਾਲਤ ਕੀ ਹੋ ਜਾਨੀ ਤੁਸੀਂ ਦੋ ਦਿਨਾਂ ਚ ਪਾਗਲ ਹੋ ਜਾਓਗੇ ਜੀ ਜਦੋਂ ਕਿਸੇ ਬੰਦੇ ਨੂੰ ਗੁਲਾਮੀ ਕੱਟਣੀ ਪੈਂਦੀ ਹੈ ਨਾ ਕਿਸੇ ਹੋਰ ਥਾਂ ਦੇ ਉੱਤੇ ਖਾਣ ਤਦੋਂ ਸਭ ਬਿਲਕੁਲ ਤੁਹਾਡੀ ਗੱਲ ਸੀ ਕਿ ਮੈਂ ਡਿੰਪੀ ਦੀ ਗੱਲ ਸੁਣਾਉਣਾ ਆਪਣੇ ਚੰਦਪਾਣ ਵਾਲੇ ਦੀ ਜੇਲ੍ਹ ਦੀ ਗੱਲ ਕੀਤੀ ਹੈ ਮਟਿੰਡੇ ਜੇਲ੍ਹ ਚ ਬੰਦ ਸੀ ਹਾਂਜੀ ਹਾਂਜੀ ਤੇ ਮੈਂ ਬੈਠਾ ਗੱਲ ਚੱਲ ਪਈ ਤੇ ਜੁਮਾਨਤ ਤੇ ਮੈਂ ਕਿਹਾ ਤੂੰ ਜੁਮਾਨਤ ਕਿਉਂ ਕਰੋਣਾ ਬੈਠਾ ਰਹਿ ਟੇਕੇ ਕਹਿੰਦਾ ਭਾਈ ਕੈਦ ਬੜੀ ਪਾੜੀ ਹੈ ਕਹਿੰਦਾ ਮੈਂ ਕਿਹਾ ਤੂੰ ਬੈਠਾ ਤਾਂ ਤੈਨੂੰ ਕੋਈ ਰੋਕਦਾ ਨਹੀਂ ਕਰਦਾ ਨਹੀਂ ਤੂੰ ਐਸ਼ ਕਰਦਾ ਇੱਥੇ ਕਹਿੰਦਾ ਭਾਈ ਕਹਿੰਦਾ ਤੈਨੂੰ ਕਹਿੰਦਾ ਵੇਖਦਾ ਤਾਂ ਮੈਂ ਡਿਊਟੀ ਦੀ ਬਾਰੀ ਚ ਬੈਗੀ ਸੀ ਨਾ ਡਿਊਟੀ ਤਾਂ ਨਹੀਂ ਲੰਘ ਸਕਦਾ ਨਾ 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 ਕਹਿੰਦਾ ਜਦੋਂ ਬੰਦੀ ਪੈਣੀ ਹੈ ਉਦੋਂ ਮੈਨੂੰ ਕਹਿੰਦਾ ਠੀਕ ਐ ਸਪਾਰਸ਼ ਹੈਗੀ ਐ ਮੈਂ ਡਿਊਟੀ 'ਚ ਆ ਜੰਨਾ ਪਰ ਹੈ ਤਾਂ ਡਿਊਟੀ ਤਾਂ ਮੰਗਵੀਂ ਐ ਨਾ ਮੁਲਾਕਾਤ ਵਾਲੇ ਜਿਹੜੇ ਹੈਗੇ ਨਾ ਬਗੈਰ ਲਿਖਿਆ ਤੋਂ ਆਉਂਦੇ ਸੀ ਲਾਰਾ ਹੀ ਬੰਨੇ ਹੁੰਦਾ ਸੀ ਲਾਰਾ ਪਰ ਗੱਲ ਐ ਤਾਂ ਗੁਲਾਮੀ ਨੇ ਗੁਲਾਮੀ 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 ਉਹਦੀ ਗੱਲ ਓ ਛੱਡੋ ਕਹਿੰਦਾ ਆਪਾਂ ਵਾਂਜੇ ਮਰਜੀ ਜਾਂਦੇ ਹਾਂ ਪਰ ਮੈਂ ਤਾਂ ਨਹੀਂ ਨਾ ਬਾਹਰ ਨਿਕਲ ਸਕਦਾ ਮੈਂ ਕਿਸੇ ਨੂੰ ਜਾ ਉੱਥੋਂ ਤੱਕ ਨਹੀਂ ਜਾ ਸਕਦਾ ਕਿਸੇ ਬਸ ਡਿਊਟੀ ਦੀ ਦੁਆ ਸਲਾਮ ਮੈਂ ਕਹਿੰਦਾ ਡਿਊਟੀ ਤੋਂ ਐ ਬਾਹਰ ਪੈਰ ਨਹੀਂ ਰੱਖ ਸਕਦਾ ਹਾਂ ਹਾਂ ਬਿਲਕੁਲ ਬਿਲਕੁਲ ਤੇ ਢਿਲੋ ਸਾਹਿਬ ਤੁਸੀਂ ਗੱਲ ਸਿੱਧੂ ਹੋਰਾਂ ਦੀ ਕੀਤੀ ਹੈ ਕਿ ਜਿਹੜਾ ਸ਼ਰਾਬ ਵਾਲਾ ਮਦਨ ਲਾਲ ਜਲਾਲਪੁਰਾ ਜਿਹੜਾ ਉਹਦੇ ਘਰ ਸਿੱਧੂ ਹਰੀ ਗਏ ਤੇ ਉਹਦਾ ਕੀ ਮਹਿਣਾ ਹੈ ਆਪਾਂ ਤਾਂ ਪੁਸ਼ਟੀ ਨਹੀਂ ਕਰ ਸਕਦੇ ਜਿਹੜੀਆਂ ਅਖਬਾਰਾਂ ਚ ਕਈ ਵਾਰੀ ਖਬਰਾਂ ਲੱਗ ਜਾਂਦੀਆਂ ਨੇ ਉਹਨੀਆਂ ਅਫਵਾਹਾਂ ਵੀ ਹੁੰਦੀਆਂ ਹੂੰ ਹੂੰ ਅਫਵਾਹਾਂ ਤੋਂ ਇਲਾਵਾ ਕੁਝ ਸੱਚ ਹੁੰਦਾ ਤੇ ਕੁਝ ਝੂਠ ਹੁੰਦਾ ਕੁਝ ਬਦਨਾਮ ਕਰਨ ਵਾਸਤੇ ਹੁੰਦੀ ਹੈ ਕੁਝ ਗੱਲਾਂ ਹੋਰ ਹੁੰਦੀਆਂ ਨੇ ਜੀ ਇਸ ਕਰਕੇ ਕਿਉਂਕਿ ਆਪਾਂ ਇੱਕ ਜ਼ਿੰਮੇਵਾਰ ਅਦਾਰੇ ਨੂੰ ਚਲਾਉਣੇ ਆ ਇਸ ਕਰਕੇ ਆਪਾਂ ਉਦਾਂ ਨਹੀਂ ਕਰ ਸਕਦੇ ਜਿਵੇਂ ਲੋਕ ਕਰ ਕਰਦੇ ਆ سوشل ਮੀਡੀਆ ਦੇ ਉੱਤੇ ਜੀ ਅਸਲ ਦੇ ਵਿੱਚ ਇਹ ਹੋਇਆ ਕਿ ਮਦਰਨਾਲ ਜਲਾਲਪੁਰ ਦੀ ਮੈਂ ਥੋੜੀ ਜਿਹੀ ਜਨਪਤਰੀ ਕੱਢ ਕੇ ਦੇਖੀ ਸੀ ਕਿ ਇਹਦੀ ਰਾਜਨੀਤਿਕ ਜਿਹੜੀ ਹੈਗੀ ਪਾਰੀ ਦੀ ਸ਼ੁਰੂਆਤ ਕਿੱਥੋਂ ਸ਼ੁਰੂਆਤ ਕਿੱਥੋਂ ਹੋਈ ਜਸਜੀਤ ਸਿੰਘ ਰੰਦਾਵਾ ਹਾਂਜੀ ਇੱਕ ਬਹੁਤ ਵਧੀਆ ਇਨਸਾਨ ਹੁੰਦੇ ਸੀ ਹਮ ਜਸਜੀਤ ਸਿੰਘ ਰੰਦਾਵਾ ਨੂੰ ਮੈਂ ਮਿਲਿਆ ਸੀ ਉਸ ਵੇਲੇ ਜਦੋਂ ਉਹ ਬੰਦੇ ਮੋਬਲ ਸਦੀਨੋਂ ਮੰਤਰੀ ਹੁੰਦਾ ਸੀ ਜੀ ਬੀ ਐਨ ਸਿੰਘ ਦੀ ਸਰਕਾਰ ਤੋਂ ਬਾਅਦ ਹਰਚਰਨ ਸਿੰਘ ਬਰਾੜ ਹੋਰਾਂ ਦੀ ਸਰਕਾਰ ਵੀ ਲਈ ਹੂੰ ਹੂੰ ਸਾਡੇ ਇੱਕ ਮਿੱਤਰ ਹੈ ਪਰਮਜੀਤ ਸਿੰਘ ਚੰਡੀਗੜ੍ਹ ਅਕਸਰ ਉਹਨਾਂ ਦੇ ਘਰੇ ਉੱਥੇ ਆਉਂਦੇ ਜਾਂਦੇ ਹੁੰਦੇ ਸੀ ਜੀ ਇਹ ਬੰਦਾ ਉਹਦੇ ਸੰਪਰਕ ਦੇ ਵਿੱਚ ਆਇਆ ਸੀ ਹੂੰ ਹੂੰ ਇਹ ਬਹੁਤ ਛੋਟਾ ਆਦਮੀ ਸੀ ਉਹ ਬੜਾ ਖਾਂਦਾ ਪੀਂਦਾ ਸੀ ਯੂਨੀਵਰਸਿਟੀ ਦਾ ਪੜਿਆ ਬਾਜ਼ ਸੀਗਾ ਉਹ ਹੈ ਉਹਨੇ ਦੀ ਮਦਦ ਕੀਤੀ ਇਹਨੂੰ ਮਦਦ ਕਰਕੇ ਇਹਨੂੰ ਥੋੜਾ ਥੋੜਾ ਇਸ ਪਾਸੇ ਨੂੰ ਪਾਇਆ ਫਿਰ ਇਹ ਠੇਕੇਦਾਰੀ 'ਚ ਪੈ ਗਿਆ ਅੱਜ ਕੱਲ ਇਹਨੂੰ ਵੈਸੇ ਠੇਕੇਦਾਰੀ ਕਹਿੰਦੇ ਆ ਮਦਰ ਲਾਲ ਜਲਾਲਪੁਰ ਹੂੰ ਹੂੰ ਠੇਕੇਦਾਰੀ ਵਾਲੇ ਚੱਕਰ ਦੇ ਵਿੱਚ ਪਾਇਆ ਗਿਆ ਠੇਕੇਦਾਰੀ ਵਾਲੇ ਚੱਕਰ ਦੇ ਵਿੱਚ ਪਾ ਕੇ ਵੀ ਇਹਨੇ ਹਾਜ਼ਰੀ ਵਧੀਆ ਪੋਜੀਸ਼ਨ ਬਣਾ ਲਈ ਕਿਸਮਤੇ ਦੀ ਇਹ ਚੰਗੀ ਆਪਾਂ ਕਹਿ ਸਕਦੇ ਹਾਂ ਕਿ ਇਹ ਕਹਿੰਦੇ ਆ ਵੀ ਦੂਰੋਂ ਨੇੜੋਂ ਕਿਸੇ ਕਾਂਗਰਸ ਦੇ ਵੱਡੇ ਲੀਡਰ ਦਾ ਰਿਸ਼ਤੇਦਾਰ ਵੀ ਹੈ ਜੀ ਜਸਜੀਤ ਸਿੰਘ ਰੰਧਾਵਾ ਦਾ ਜਿਹੜਾ ਹੈਗਾ ਦੌਰ ਉਹਨਾਂ ਦੀ ਅਚਨਚਤ ਮੌਤ ਹੋ ਗਈ ਮੌਤ ਹੋ ਜਾਂਦੀ ਹੈ ਤੇ ਫਿਰ ਹੋਇਆ ਵੀ ਹੁਣ ਕੀ ਹੋਵੇ ਤੇ ਕਿਹਨੂੰ ਟਿਕਟ ਦਿੱਤੀ ਆ ਗਨੌਰ ਹਲਕੇ ਤੋਂ ਗਨੌਰ ਹਲਕੇ ਤੋਂ ਉਹਨਾਂ ਦੀ ਬੇਟੀ ਨੇ ਕੋਸ਼ਿਸ਼ ਕੀਤੀ ਕਿ ਮੈਨੂੰ ਟਿਕਟ ਦਿੱਤੀ ਜਾਵੇ ਪਰ ਉਹ ਨਾਮਲੀ ਟਿਕਟ ਕਿਤੇ ਇਹਨੂੰ ਮਿਲ ਗਈ ਸ਼ਾਇਦ ਉਹ ਤੋਂ ਪਹਿਲਾਂ ਇੰਡੀਪੈਂਡੈਂਟ ਵੀ ਹੈ ਜਿੱਤ ਗਿਆ ਸੀ ਕਾਰੀ ਉਹਦੇ ਉਹਦੇ ਮਤਲਬ ਉਹ ਮੋਢਿਆਂ ਦੇ ਉੱਤੇ ਪੈਰ ਰੱਖ ਕੇ ਤੇ ਉਹਨੂੰ ਲਤਰਦਾ ਚਲੋ ਹੋਇਆ ਕੀ ਕਿ ਤੱਕ ਰਾਜੀ ਐਮ ਐਲ ਏ ਬਣ ਗਿਆ ਤੁਸੀਂ ਅਗਲੀ ਕਿਸਮਤ ਇਹ ਚੰਗੀ ਕਿ ਪਾਰਲੀਮੈਂਟ ਹੀ ਹਲਕਾ ਮਹਾਰਾਣੀ ਪ੍ਰਨੀਤ ਕੌਰ ਦਾ ਜੀ ਪ੍ਰਨੀਤ ਕੌਰ ਉਹਨ ਕੈਪਟਨ ਅਮਰਿੰਦਰ ਸਿੰਘ ਦੀ ਮਿਸਿਸ ਹੂੰ ਹੂੰ ਮੁੱਖ ਮੰਤਰੀ ਦੀ ਮੈਸੇਜ ਪਹਿਲਾਂ ਵੀ 2002 ਤੋਂ ਲੈ ਕੇ 7 ਤੱਕ ਹੋ ਰਹੀ ਚੀਫ ਮਿਨਿਸਟਰ ਹੁਣ ਵੀ ਉਹ 7 ਮਦਲ ਜਲਾਲਪੁਰ ਨੇ ਜੋ ਮਰਜੀ ਐ ਚੰਬ ਦੀਆਂ ਚਲਾਈਆਂ ਜੀ ਇਹਨੂੰ ਕਿਸੇ ਨੇ ਪੁੱਛਿਆ ਨਹੀਂ ਅੱਛਾ ਜੀ कोरोना ਦੇ ਦੌਰ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਨਜਾਇਜ਼ ਸ਼ਰਾਬ ਦਾ ਕੰਬੜਾ ਚੱਲਿਆ ਹੂੰ ਹੂੰ ਬਹੁਤ ਸਾਰੇ ਲੋਕ ਮਰੇ ਅਮਰਸਰ ਵਾਲੇ ਪਾਸਿਓਂ ਮਰੇ ਜੀ ਉਹ ਤੋਂ ਬਾਅਦ ਫਿਰ ਬੜੇ ਵੱਡੇ ਪੱਦਰ ਦੇ ਉੱਤੇ ਛਾਪੇਮਾਰੀ ਸ਼ੁਰੂ ਹੋਈ ਹੂੰ ਔਰ ਸਭ ਤੋਂ ਜ਼ਿਆਦਾ ਜਿਹੜੀਆਂ ਹੈਗੀਆਂ ਨਜਾਇਜ਼ ਫੈਕਟਰੀਆਂ ਕਿੱਥੇ ਫੜੀਆਂ ਗਈਆਂ ਸੀ ਉਹ ਰਾਜਪੁਰਾ ਖਨੌਰ ਇਸਲਾਕਪੀਂਸੀ ਔਰ ਇਹ ਵੀ ਗੱਲਾਂ ਆ ਗਈਆਂ ਕਿ ਉਹ ਜਿਹੜਾ ਜਿਹੜੇ ਮਟੀਰੀਅਲ ਦੇ ਨਾਲ ਉਹ ਸ਼ਰਾਬ ਬਣਾਈ ਜਾਂਦੀ ਹੈ ਹੂੰ ਹੂੰ ਸਪਿਰਟ ਜਿਹੜਾ ਹੈਗਾ ਬਹੁਤ ਘੱਟਿਆ ਕਿਸਮ ਦਾ ਸਪਿਰਟ ਉਸ ਸਪਿਰਟ ਬਰੋਂ ਆਉਂਦਾ ਸੀ ਤੇ ਜੀਲਖਪੁਰ ਦੇ ਲਾਗੇ ਚਾਗੇ ਜਿਹੜੇ ਹੈਗੇ ਉੱਥੇ ਹੀ ਉਹਦੇ ਵਿੱਚ ਸਪਿਰਟ ਦੇ ਵਿੱਚੋਂ ਕੱਡ-ਕੱਡ ਕੇ ਸਾਰਾ ਕੁਝ ਬਣਾਇਆ ਜਾਂਦਾ ਸੀ। ਉਹਦੇ ਵਿੱਚ ਅਕਾਲੀ ਦਲ ਨਾਲ ਰਿਲੇਟਿਡ ਪੁਰਾਣੇ ਬੰਦੇ ਵੀ ਸੀਗੇ ਤੇ ਕਾਂਗਰਸ ਨਾਲ ਰਿਲੇਟਿਡ ਵੀ ਸੀਗੇ। ਜੀ। ਕੁਝ ਬੰਦੇ ਉਹ ਵੀ ਸੀਗੇ ਜਿਹੜੇ ਜ਼ਿਲ੍ਹਾ ਜੁਲਾ ਪ੍ਰੀਸ਼ਤਾਨ ਦੇ ਵਿੱਚ ਬਲਾਕ ਸਮਤੀਆਂ ਦੇ ਵਿੱਚ ਸਰਪੰਚਾਂ ਸਰਪੰਚਾਂ ਦੇ ਵਿੱਚ ਵੀ ਰਹੇ। ਔਰ ਉਹਨਾਂ ਵਾਰ-ਵਾਰ ਇਹ ਗੱਲ ਹੁੰਦੀ ਸੀ ਕਿ ਵੱਡੀਆਂ ਮੱਛੀਆਂ। ਹੂੰ। ਨਵਜੋਤ ਸਿੰਘ ਸਿਧੂ ਹਰੀ ਬੜਾ ਰੌਲਾ ਪਾਉਂਦੇ ਸੀ। ਜੀ ਜੀ ਜੀ। ਦੋ ਤਿੰਨ ਘਟਨਾਵਾਂ ਵਾਪਰੀਆਂ ਸੀ ਇੱਕ ਤਾਂ ਤੁਹਾਨੂੰ ਪਤਾ ਵੀ ਫਾਟਕ ਦੇ ਉੱਤੇ ਹਮਮ ਅੰਮ੍ਰਿਤਸਰ ਜਿਹੜਾ ਹਾਦਸਾ ਹੋਇਆ ਸੀ ਜੀ ਕਈ ਸਾਰੇ ਲੋਕ ਉਦੋਂ ਮਰ ਗਏ ਸੀ ਉਸ ਗੱਲ ਨੂੰ ਲੈ ਕੇ ਅਕਾਲੀਆ ਨੇ ਬੜਾ ਚੁੱਕਿਆ ਸੀ ਹਮਮ ਅਕਾਲੀ ਕਹਿੰਦੇ ਸੀਗੇ ਜੀ ਹਾਲਾਂਕਿ ਕੋਈ ਕਸੂਰ ਕੋਈ ਨਹੀਂ ਜੀ ਜੀ ਡਾਕਟਰ ਨਵਜੋਤ ਕੌਰ ਸਿੱਧੂ ਦਸਹਰੇ ਦੇ ਉੱਤੇ ਗਈ ਸੀਗੀ ਜੇ ਉਹਨਾਂ ਆਪਾਂ ਮਤਲਬ ਸਾਰੇ ਹੱਦਾਂ ਬੰਨੇ ਟੱਪ ਕੇ ਲਾਈਨਾਂ ਦੇ ਉੱਤੇ ਬੈਠਾਂਗੇ ਹਮਮ ਤਾਂ ਕੁਦਰਤੀ ਤੌਰ ਦੇ ਉੱਤੇ ਜਿਹੜੇ ਹੈਗੇ ਆ ਟ੍ਰੇਨ ਤਾਂ ਰੁਕਦੀ 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 ਬੰਦੇ ਮਰ ਜਾਂਦੇ ਚਲੋ ਉਹਨਾਂ ਨੇ ਕਿਹਾ ਜੀ ਕੁਝ ਬੰਦੇ ਸੀ ਅਡਾਪਟ ਕਰ ਲੈ ਨੋ ਕੁੜੀਆਂ ਤੱਕ ਤਰਸਦੇ ਰਹਿੰਦੇ ਸੀ ਆ ਪਿਛਲੇ ਦਿਨਾਂ ਦੇ ਵਿੱਚ ਪਤਾ ਲੱਗਿਆ ਵੀ ਉਹਨਾਂ ਨੂੰ ਜੁਕਤੀ ਪੱਤਰ ਦੇ ਦਿੱਤੇ ਹਮ ਇੱਕ ਜਿਹੜੇ ਸੀਗੇ ਤਰਨਤਾਰਨ ਦੇ ਵਿੱਚ ਬਹੁਤ ਵੱਡਾ ਸ਼ਰਾਬ ਕਾਂਡ ਹੋਇਆ ਸੀ ਹਾਂਜੀ ਉੱਥੇ ਬੜੇ ਬੰਦੇ ਮਰੇ ਮਰੇ ਸੀ ਉਦੋਂ ਵੀ ਅਕਾਲੀ ਦਲ ਵਾਲੇ ਨੇ ਪਰਮ ਹੰਸਵੰਟੀ ਰਮਾਣਾ ਜੂਤ ਅਕਾਲੀ ਦਲ ਵਾਲੇ ਬੰਦੇ ਨੇ ਜਾ ਕੇ ਉੱਥੇ ਮੋਰਚਾ ਵੀ ਲਾਇਆ ਸੀ ਜੀ ਐਸਐਸਪੀ ਨੂੰ ਜਾ ਕੇ ਕੰਪਲੇਂਟਸ ਵੀ ਦਿੱਤੀਆਂ ਸੀ ਜੀ ਆਹ ਕਰੋ ਜੀ ਆਹ ਕਰੋ ਆ ਮਾਮਲਾ ਹੈ ਫਿਰ ਉਹ ਜਿਹੜੀ ਹੈਗੀ 60 ਤੁਰਦਾਂ ਤੁਰਦਾਂ ਜਦੋਂ ਸਾਰੇ ਦੇਖਿਆ ਤਾਂ ਫਿਰ ਸਾਰਾ ਕੁਝ ਇਥੋਂ ਵੀ ਕੱਟਵੇ ਭੁਗਨਾ ਪੜੀਆਂ ਜਾਣ ਲੱਗ ਪਈ ਰੋਲਾ ਫਿਰੀ ਪਿਆਸੀਗਾ ਜੀ ਵੱਡੀਆਂ ਮੱਛੀਆਂ ਨੂੰ ਫੜੋ ਹੂੰ ਹੂੰ ਸ਼ੂਟੀਆਂ ਨੂੰ ਕਿਉਂ ਫੜਦੇ ਚਲੋ ਵੱਡੀ ਮੱਛੀ ਨੂੰ ਕਿਸੇ ਨੂੰ ਹੱਥ ਨਹੀਂ ਪਿਆ ਹੂੰ ਹੂੰ ਕਿਉਂ ਹੱਥ ਪਵੇ ਕਿਉਂਕਿ ਉਹਨਾਂ ਦੀ ਐਮਐਲਏ ਦੀ ਲੋਡ ਹੁੰਦੀ ਲੋਡ ਹੁੰਦੀ ਹੈ ਬਿਲਕੁਲ ਨਾ ਨਾ ਇਹੋ ਜਿਹੀ ਹਾਲਾਤਾਂ ਹੈ ਜਿਦਾ ਵਾਲੀ ਹਾਂ ਹਾਂ ਬਿਲਕੁਲ ਨਾ ਨੇ ਉਹ ਤਾਂ ਹਾਲਾਤ ਉਹ ਤਾਂ ਇਹ ਹਾਲਾਤ ਹੈ ਨਹੀਂ ਸੀ ਅੱਜ ਵਾਲੀ ਹੂੰ ਹੂੰ ਉਦੋਂ ਵੀ ਅਮਰਿੰਦਰ ਸਿੰਘ ਦੇ ਹਲਕੇ ਦੇ ਵਿੱਚ ਕੋਈ ਪ੍ਰਨੀਤ ਕੌਰ ਦੇ ਹਲਕੇ ਦੇ ਬੰਦੇ ਸੀ ਐਮਐਲਏ ਸੀ ਉਹਨਾਂ ਨੂੰ ਹੱਥ ਕੌਣ ਪਾਵੇ ਜੀ ਜੀ ਚਲ ਜੇ ਭਾਵੇਂ ਅਕਾਲੀ ਦਲ ਵਾਲਾ ਐ ਮੇਰੇ ਨੂੰ ਵਿਰੋਧੀ ਤੇ ਵਾਲਾ ਐ ਮੇਰੇ ਨੂੰ ਉਹਨਾਂ ਤੋਂ ਗੁਲਾ ਉਠਾ ਗਏ ਕਲੇਸ਼ ਪੈ ਗਿਆ ਕਾਂਗਰਸ ਪਾਰਟੀ ਦਾ ਬੈਸੇ ਮੈਨੂੰ ਸਮਝ ਆ ਕਿ ਪੰਜਾਬ ਦੀ ਕਾਂਗਰਸ ਪਾਰਟੀ ਦਾ ਕਲੇਸ਼ ਨਹੀਂ ਇਹ ਕੇਂਦਰ ਦਾ ਪੁਆਇਆ ਪੁਆੜੇ ਪੁਆਏ ਪੁਆਏ ਉਹਦੇ ਵਿੱਚ ਜਦੋਂ ਗੱਲ ਕੀਤੀ ਜੀ ਕੀ ਹੁੰਦਾ ਕੀ ਹੁੰਦਾ ਕੈਂਸ ਕੈਂਸ ਹੁੰਦੀ ਰਹੀ ਚਲੋ ਤਿੰਨ ਚਾਰ ਮਹੀਨਿਆਂ ਦੀ ਉੱਠ ਉੱਠ ਕੇ ਬੈਠ ਕੇ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੂੰ ਜੀ ਬਣਾਤਾ ਕਾਂਗਰਸ ਪਾਰਟੀ ਦਾ ਪ੍ਰਧਾਨ ਜੀ ਜਦੋਂ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਪਾਰਟੀ ਦਾ ਪ੍ਰਧਾਨ ਸੂਬੇ ਦਾ ਬਣਾਤਾ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਕਹਿਤਾ ਜੀ ਮੈਂ ਨਵਜੋਤ ਸਿੰਘ ਸਿੱਧੂ ਨੂੰ ਉਨੀਦਰ ਮਿਲੂੰਗਾ ਨਹੀਂ ਜੀ ਜਿੰਨੀ ਦੇਰ ਮੇਰੇ ਖਿਲਾਫ ਜਿਹੜੀਆਂ ਉਹਨਾਂ ਜਨਤਕ ਤੌਰ ਤੇ ਟਿੱਪਣੀਆਂ ਕੀਤੀਆਂ ਟਵੀਟ ਕੀਤੀ ਹੈ ਉਹ ਮਾਫੀ ਨਹੀਂ ਮੰਗਦਾ ਜੀ ਤੇ ਦਾਨੀ ਵਾਲੀ ਸਭ ਸਭ ਤੋਂ ਪਹਿਲਾਂ ਜਿਸ ਬੰਦੇ ਨੇ ਕਿਹਾ ਸੀ ਕਿ ਨਵਜੋਤ ਸਿੰਘ ਸਿੱਧੂ ਨੂੰ ਮਾਫੀ ਮੰਗਣ ਦੀ ਲੋੜ ਹੀ ਕੋਈ ਨਹੀਂ ਹੂੰ ਹੂੰ ਉਹ ਕੌਣ ਸੀ ਉਹ ਮਦਰਨਾਲ ਜਲਾਲਪੁਰ ਸੀ ਅੱਛਾ ਜੀ ਸਭ ਤੋਂ ਪਹਿਲਾ ਬੰਦਾ ਉਹ ਸੀ ਹੂੰ ਹੂੰ ਔਰ ਸਭ ਤੋਂ ਪਹਿਲਾਂ ਜੇ ਆਪਾਂ ਦੇਖੀਏ ਜਿਹੜੇ ਫਰੀਤ ਉੱਥੇ ਤੁਹਾਡੇ ਮਿਲੇ ਹੋ ਚੰਡੀਗੜ੍ਹ ਦੇ ਵਿੱਚ ਮਿਲੇ ਐ ਨਵਜੋਤ ਸਿੰਘ ਸਿੱਧੂ ਹੁਰੀ ਜਦੋਂ ਪਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਬਣਨ ਤੋਂ ਪਹਿਲਾਂ ਜੀ ਜਿੰਨਾ ਐਮਐਲਏ ਦੇ ਕੋਲੇ ਗਏ ਉਹ ਸਾਰਾ ਕੁਝ ਗਏ ਪ੍ਰਧਾਨ ਬਣ ਕੇ ਵੀ ਗਏ ਸਾਰਾ ਕੁਝ ਗਏ ਤੇ ਜਲਾਲਪੁਰ ਉਸ ਵੇਲੇ ਤੋਂ ਨਾਲ ਜੀ ਇਹ ਫਿਰ ਜਦੋਂ ਕਿਉਂਕਿ ਜਵੇਬਾਨ ਲਾਗੇ ਤਵੇ ਉਸ ਜੱਗੇ ਜਿਹੜੀ ਹੈਗੀ ਆਪਣੇ ਸਿੱਖ ਧਰਮ ਦੇ ਵਿੱਚ ਇਹ ਆਉਂਦਾ ਹੈ ਜੀ ਤੇ ਨਤੀਜਾ ਇਹ ਹੋਇਆ ਕਿ ਜਦੋਂ ਮਹਿਲਾ ਨੂੰ ਥੋੜਾ ਜਿਹਾ ਸੇਕ ਲੱਗਿਆ ਨਾ ਵੀ ਸਾਡਾ ਬੰਦਾ ਹੂੰ ਹੂੰ ਸਾਨੂੰ ਛੱਡ ਕੇ ਤੇ ਦੂਜੇ ਪਾਸੇ ਹੋ ਗਿਆ ਜੀ ਫਿਰ ਆਪਾਂ ਇੱਕ ਖਬਰ ਡਿਸਕਸ ਵੀ ਕੀਤੀ ਸੀ ਤੁਹਾਡੇ ਯਾਦ ਹੋਣਾ ਹੈ ਕਿ ਕਨਾਂ ਹੋਰ ਹਲਕੇ ਦੇ ਨਾਮੀ ਗ੍ਰਾਮੀ ਕਾਂਗਰਸੀ ਲੀਡਰ ਜਿਹੜੀ ਉਹ ਜਿਹੜੇ ਐ 2-400 ਬੰਦਾ ਇਕੱਠਾ ਹੋਇਆ ਹੂੰ ਹੂੰ ਉਹਨਾਂ ਨੇ ਉੱਚੇ ਉੱਚੇ ਜਿਹੜੇ ਹੱਥ ਖੜੇ ਕਰਕੇ ਨਾਰੇ ਲਾ ਕੇ ਕਹਿ ਕੇ ਅਸੀਂ ਪੈਲਸ ਦੇ ਨਾਲ ਆ ਜੀ ਔਰ ਜੇ ਜਲਾਲਪੁਰ ਨੂੰ ਟਿਕਟ ਮਿਲ ਗਈ ਤੇ ਅਸੀਂ ਇਹਨੂੰ ਹਰਾਵਾਂਗੇ ਹੂੰ ਹੂੰ ਅਸੀਂ ਇਹਦੀ ਮਦਦ ਨਹੀਂ ਕਰਾਂਗੇ ਇਹਨੇ ਇਹਦੇ ਤੇ ਗਦਾਰੀ ਦੇ ਇਲਜ਼ਾਮ ਲਾਏ ਉਹਨਾਂ ਨੇ ਬੜਾ ਕੁਛ ਲਾਇਆ ਜੀ ਨਵਜੋਤ ਸਿੰਘ ਸਿੱਧੂ ਪਹਿਲੀਆਂ ਜਿਹਦੇ ਘਰ ਜਾਇਆ ਸੀ ਹੂੰ 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 ਨਵਜੋਤ ਸਿੰਘ ਸਿੰਧੂ ਚਰਜੀ ਚੰਨੀ ਦੇ ਘਰ ਵੀ ਜਾਇਆ ਸੀ ਜੀ ਹੁਣ ਮੇਰੇ ਖਿਆਲ ਵੀ ਇਹਨਾਂ ਦਿਨਾਂ ਦੇ ਵਿੱਚ ਜਲਾਲਪੁਰ ਸਾਹਿਬ ਜਿਹੜੇ ਹੈਗੇ ਉਹ ਆਪਣੇ ਆਪ ਨੂੰ ਥੋੜੇ ਜੇ ਇਹ ਇਕੱਟੇ-ਕੱਟੇ ਜੇ ਮਹਿਸੂਸ ਕਰਦੇ ਆ ਕਿ ਮੇਰਾ ਪੰਗਾ ਤਾਂ ਪੈ ਗਿਆ ਮਹਿਲਾ ਵਾਲਿਆਂ ਨਾਲ ਹੁਣ ਹੋਊਗਾ ਕੀ ਹੂੰ ਹੂੰ ਕੱਲ ਜੀ ਫਿਰ ਮਤਲ ਜਿਹੜਾ ਹੈਗਾ ਇੱਕ ਕਾਫਲਾ ਗਿਆ ਉੱਥੇ ਜੀ ਜਲਾਲਪੁਰ ਦੇ ਘਰ ਉਹਦੇ ਵਿੱਚ ਨਵਜੋਤ ਸਿੱਧੂ ਆ ਨਵਜੋਤ ਸਿੰਘ ਸਿੱਧੂ ਮੇਰੇ ਖਿਆਲ ਆਪਨੇ ਗਏ ਨਵਜੋਤ ਸਿੰਘ ਨੂੰ ਲੈ ਕੇ ਜਾਣ ਵਾਲੇ ਗਏ ਜੀ ਚਰਨ ਜੀ ਚੰਨੀ ਵੀ ਸੀ ਹੂੰ ਹੂੰ ਤੇ ਨਾਲ ਸੁਖੀ ਰੰਦਾਵਾ ਵੀ ਸੀ ਜੀ ਐ ਐਮਐਲਏ ਵੀ ਸੀਗੇ ਐਮਐਲਏ ਦੇ ਵਿੱਚ ਉਹ ਇੱਕ ਤਾਂ ਐਮਐਲਏ ਨੇ ਤੁਸੀਂ ਦੇਖਣਾ ਜਲਾਲਪੁਰ ਦੇ ਨਾਲ ਜੱਫੀ ਕਿਵੇਂ ਪਾਈ ਵੀ ਹੈ ਉਤੋਂ ਦੀ ਮੈਂ ਨਹੀਂ ਕਿਹਾ ਮੈਂ ਦੋ ਦਿਨ ਉਹ ਨੇ ਐਡੀ ਐਂਜੇ ਕੀਤਾ ਹੋਇਆ ਜਿਵੇਂ ਮਤਲਬ ਅਭੀ ਇਹ ਤਾਂ ਮੈਂ ਲੈ ਕੇ ਆਇਆ ਜੀ ਪਟਕੇ ਨੂੰ ਇਹ ਥੋੜਾ ਕਾਹਨੂੰ ਸੀ ਉਹ ਇਧਰਲੇ ਇਲਾਕੇ ਦੇ ਵਿੱਚ ਤੁਹਾਡਾ ਫਿਰੋਜ਼ਪੁਰ ਦੇ ਇੱਕ ਹਲਕੇ ਦੇ ਵਿੱਚ ਉਹਦੇ ਤੇ ਵੀ ਮਤਲਬ ਜਿਹੜੀ ਹੈਗੀ ਆ ਉਹੀ ਜੇ ਇਲਜ਼ਾਮ ਹੀ ਲੱਗਦੀ ਹੈ ਅੱਛਾ ਅੱਛਾ ਉਹ ਜਿਹੜਾ ਬਾਲਾ ਕੂਣੀਆਂ ਜੀਆਂ ਮਾਰਦਾ ਹਾਂ ਕੂਣੀਆਂ ਜੀਆਂ ਮਾਰਨ ਨਾਲ ਜਾਂ ਉਹਦੇ ਤੇ ਵੀ ਲੱਗਦੀ ਹੈ ਹਾਂ ਹਾਂ ਉਹ ਵੀ ਉੱਥੇ ਕੀਤਾ ਕਿਰਾਏ ਜੀ ਚਲੋ ਨਵਜੋਤ ਸਿੰਘ ਸਿੱਧੂ ਕੀ ਹੋਊਗਾ ਜੀ ਸੁਖੀ ਰੰਧਾਵੇ ਨੇ ਆਪਦੀ ਗੱਲ ਛੱੜਦੀ ਉੱਥੇ ਨਵਜੋਤ ਸਿੰਘ ਸਿੱਧੂ ਨੇ ਇਹ ਆਪਦਾ ਦੇ ਦਿੱਤਾ ਦੇਖੋ ਜੀ ਕਹਿੰਦਾ ਜਿਹੜੇ ਹੈਗੇ ਆ ਇਹ ਜੁਰਤ ਚਾਹੀਦੀ ਹੈ ਬੰਦੇ ਚ ਕੁਝ ਕਰਨਾਸੇ ਹੂੰ ਹੂੰ ਆ ਕਹਿੰਦੇ ਕੇਂਦਰ ਵਾਲਿਆਂ ਨੇ ਐਵੇਂ ਜਿਹੜੇ ਕਾਨੂੰਨ ਜਿ ਬਣਾਏ ਕੀ ਕਾਨੂੰਨ ਹੈ ਜੀ ਇਹ ਤਾਂ ਕਹਿੰਦੇ ਜਿਹੜਾ ਸੂਬਿਆਂ ਦੇ ਹੱਕਾਂ ਦੇ ਉੱਤੇ ਡਾਕਾ ਮਾਰਿਆ ਹੂੰ ਹੂੰ ਇਹ ਤਾਂ ਆਪਕੀ ਦਿਨ ਦੇ ਕਹੀ ਜਾਂ ਨਹੀਂ ਜੀ ਕਿ ਜਿਹੜਾ ਐਗਰੀਕਲਚਰ ਹੈ ਉਹ ਸਟੇਟਸ ਸਬਜੈਕਟ ਹੈ ਹੂੰ ਹੂੰ ਲੇਕਿਨ ਟ੍ਰੇਡ ਐਂਡ ਕਮਰਸ ਦੇ ਵਿੱਚ ਪਾ ਕੇ ਉਹ ਉਹਨਾਂ ਨੇ ਤਿੰਨਾਂ ਜਿਹੜੇ ਮਾਰੂ ਕਾਨੂੰਨ ਬਣਾਤੇ ਜੀ ਕਾਲੇ ਕਾਨੂੰਨ ਜਿਨ੍ਹਾਂ ਨੂੰ ਅਸੀਂ ਕਹਿੰਦੇ ਹੂੰ ਹੂੰ ਉਹ ਕਹਿੰਦਾ ਜੀ ਇਹਨਾਂ ਕਾਲੇ ਕਾਨੂੰਨਾਂ ਨੂੰ ਖਤਮ ਕਰਨ ਵਾਸਤੇ ਪੰਜਾਬ ਦੀ ਵਿਧਾਨ ਸਭਾ ਚ ਕਾਨੂੰਨ ਲਿਆਦਾ ਜਾਵੇ ਜੀ ਕਿ ਅਸੀਂ ਉਹਨੂੰ ਲਾਗੂ ਨਹੀਂ ਕਰਾਂਗੇ ਪਹਿਲੀ ਗੱਲ ਤਾਂ ਮੇਰੇ ਖਿਆਲ ਸਿੱਧੂ ਸਾਹਿਬ ਨੂੰ ਜਿਵੇਂ ਵੀ ਉਹ ਲਾਗੂ ਹੋਈ ਨਹੀਂ ਹਾਲੇ ਹੂੰ ਹੂੰ ਹਾਲੇ ਤੱਕ ਉਹਦੇ ਤੇ ਸੁਪਰੀਮ ਕੋਰਟ ਦਾ ਸਟੇ ਹੈ ਜੀ ਔਰ ਸੁਪਰੀਮ ਕੋਰਟ ਦਾ ਸਿਟੇ ਉਦਨੀ ਟੁੱਟੂਗਾ ਜਿੱਦੇ ਮੋਦੀ ਜੀ ਨੂੰ ਥੋੜਾ ਜਿਹਾ ਹਲਕਾ ਸਾਹ ਆ। ਹੂੰ ਹੂੰ ਤੇ ਅੱਜ ਕੱਲ ਆਪਾਂ ਦੇਖਦੇ ਆਂ ਵੀ ਪਾਰਲੀਮੈਂਟ ਦੇ ਵਿੱਚ ਹਲਕਾ ਸਾਹ ਹੋਣ ਵਾਲੀ ਕੋਈ ਗੱਲ ਹੈ ਜੀ। ਗੱਲ ਹੈ ਨਹੀਂਗੀ। ਬਹੁਤ ਔਖੇ ਹਾਲਾਤ ਜਾ ਰਹੇ। ਹੂੰ ਹੂੰ ਫੇਰ ਜਿਹੜੀ ਹੈਗੀ ਇਹ ਪੰਜਾਬ ਪਹਿਲੇ ਹੀ ਰੈਜੂਲੇਸ਼ਨ ਤਾਂ ਪਾਈ ਬੈਠਾ ਕਾਨੂੰਨਾਂ ਨੂੰ ਰੱਦ ਕਰਨ ਦੀ ਇਹਨਾਂ ਨੇ ਪਹਿਲਾਂ ਸਰਬਸੰਮਤੀ ਦਾ ਰੈਜੂਲੇਸ਼ਨ ਪਾਇਆ ਪਰ ਕਾਨੂੰਨ ਰੱਦ ਹੋ ਜਾਣਗੇ। ਹੂੰ ਹੂੰ ਕਿਉਂਕਿ ਜਿਹੜੇ ਸਟੇਟਾਂ ਦੀ ਹਾਲਤ ਅੱਜ ਕੱਲ ਕੀ ਹੈ ਸਟੇਟਾਂ ਦੀ ਹਾਲਤ ਕੇਂਦਰ ਦੇ ਸਾਹਮਣੇ ਤੁਹਾਡੀਆਂ ਪੰਚਾਇਤਾਂ ਤੋਂ ਵੀ ਪੈੜੀ ਜਦੋਂ ਮਰਜ਼ੀ ਹੈ ਤੁਹਾਡੀ ਬਾਹ ਮਰੋਟ ਸਕਦੇ ਸਾਰਾ ਕੁਝ ਸੈਂਟਰਲਾਈਜ਼ ਕੀਤਾ ਹੈ ਹਾਂ ਔਰ ਸੈਂਟਰਲਾਈਜ਼ ਕੀਤਾ ਕਿ ਨਹੀਂ ਜੀ ਸੈਂਟਰਲਾਈਜ਼ ਕੀਤਾ ਹੈ ਭਾਰਤੀ ਜਨਤਾ ਪਾਰਟੀ ਨੇ ਜੀ ਘੱਟ ਕਾਂਗਰਸ ਨੇ ਵੀ ਨਹੀਂ ਕੀਤੀ ਸੀ ਲੇਕਿਨ ਇਹਨਾਂ ਨੇ ਸਾਰੇ ਜਿਹੜੇ ਹੱਦਾਂ ਬਣੇ ਟੱਪ ਲਏ ਹਾਂ ਲਓ ਜੀ ਉਸ ਤੋਂ ਬਾਅਦ ਫਿਰ ਕਹਿੰਦੇ ਜੀ ਫਿਰ ਕੀ ਹੋਊਗਾ ਨਵਜੋਤ ਸਿੰਘ ਸਿੱਧੂ ਨੇ ਫਿਰ ਗੱਲ ਮੁਕਾਤੀ ਜੀ ਉਹ ਕਹਿੰਦੇ ਜੀ ਆਪਾਂ ਇੱਕ ਗੱਲ ਦੱਸ ਦਿਆਂ ਕਿ ਮਦਨ ਲਾਲ ਜਲਾਲਪੁਰ ਮਦਨ ਲਾਲ ਜਲਾਲਪੁਰ ਨੂੰ ਫਿਕਰ ਦੀ ਕੋਈ ਲੋੜ ਨਹੀਂ ਹਾਂ ਇਹ ਇਲੈਕਸ਼ਨ ਕਿਸਦਾ ਮਦਰ ਲਾਲ ਜੀ ਲਾਲਪੁਰ ਨਹੀਂ ਲੜੀ ਇਲੈਕਸ਼ਨ ਮੇਰੀ ਹੈ ਹਮ ਮੈਲ ਰੂਨੋਜ ਸਿੰਘ ਸਿੱਧੂ ਦਾ ਮੈਨੂੰ ਇੱਥੇ ਪੰਜ ਵਾਰੀ ਆਉਣਾ ਪਵੇ 10 ਵਾਰੀ ਆਉਣਾ ਪਵੇ ਆਪਾਂ ਇਹਨੂੰ ਜਿਤਾਵਾਂਗੇ ਜੀ ਮਤਲਬ ਮੈਨੂੰ ਹੀ ਲੱਗਦੀ ਹੈ ਕਿ ਉਹ ਹੌਸਲਾ ਬਣਾਉਣ ਵਾਸਤੇ ਆਏ ਸੀ ਹਮ ਤੇ ਉਹਦਾ ਕਾਰਨ ਇਹ ਹੈ ਕਿ ਆਪਾਂ ਅਗਲੇ ਪੱਸੀ ਦੀ ਅਗਲੀ ਲੜਾਈ ਲੜਨੀ ਹੈ ਜੀ ਉਹ ਅਗਲੀ ਲੜਾਈ ਲੈ ਹੁਣ ਜਿੱਥੇ ਕਾਂਗਰਸ ਪਾਰਟੀ ਦੀ ਹਾਲਤ ਪਹੁੰਚ ਗਈ ਹੈ ਹਮ ਕਾਂਗਰਸ ਪਾਰਟੀ ਦੀ ਹਾਲਤ ਇੱਥੇ ਪਹੁੰਚ ਗਈ ਹੈ ਕਿ ਇਹਨੂੰ ਬਾਹਰ ਲਿਆਂ ਤਾਂ ਕੋਈ ਹੁਣ ਖਤਰਾ ਨਹੀਂ ਜੀ ਜੀ ਤੇ ਬਾਹਰਲੇ ਆਪ ਦਾ ਆਰਾਮ ਨਾਲ ਆਮ ਆਦਮੀ ਪਾਰਟੀ ਵਾਲੀ ਕੰਮ ਕਰਨਾ ਆਪਦਾ ਤੇ ਇਕੱਲੀ ਦਲ ਆਪਦਾ ਕੰਮ ਕਰ ਰਹੇ ਇਹਨਾਂ ਨੂੰ ਤਾਂ ਮਤਲਬ ਜਿਹੜੀ ਹੈਗੀ ਇਹਨਾਂ ਨੇ ਆਪਦਾ ਘਰ ਆਪ ਹੀ ਉਜਾੜ ਲਿਆ ਜੀ ਔਰ ਉਜਾੜਨ ਦੇ ਵਿੱਚ ਜਿਹੜੇ ਸਭ ਤੋਂ ਵੱਡਾ ਯੋਗਦਾਨ ਉਹਨਾਂ ਦਾ ਜਿਹੜੇ ਕਹਿੰਦੇ ਅਸੀਂ ਕਾਂਗਰਸ ਦੇ ਵਾਲੇ ਬਖਵਾਦਾਰ ਹੂੰ ਹੂੰ ਕਿਉਂਕਿ ਹਰ ਇੱਕ ਨੂੰ ਇਹ ਦਿਖਦੀ ਹੈ ਜੀ ਵੀ ਉੱਠਦਾ ਬੁੱਲ ਡਿੱਗਿਆ ਕੇ ਡਿੱਗਿਆ ਵੀ ਕੈਪਟਨ ਤਾਂ ਹਟਾਤਾ ਬਿਲਕੁਲ ਬਿਲਕੁਲ ਤੇ ਮੈਂ ਮੁੱਖ ਮੰਤਰੀ ਬਣ ਗਿਆ ਪਰ ਇੱਕ ਗੱਲ ਯਾਦ ਰੱਖ ਲਓ ਕਿ ਉਹ ਇੱਕ ਨੇਤਾ ਜੀ ਕਹਿੰਦੇ ਮੈਨੂੰ ਆਪਣੇ ਗੁਰਿੰਦਰ ਨੇ ਦਿਖਾਈ ਉਹ ਮੁੰਡੇ ਨੇ ਕਬਰ ਕਹਿੰਦਾ ਜੀ ਆਹ ਦੇਖੋ ਹ ਮੈਂ ਕਿਹਾ ਵੀ ਕੀ ਵਰਤੇ ਆ ਉਹ ਕਹਿੰਦੇ ਕਿਸ ਖਬਰ ਚ ਮੈਨੂੰ ਨਹੀਂ ਪਤਾ ਖਬਰ ਸੋਸ਼ਲ ਮੀਡੀਆ ਤੇ ਕਿਹੜੀ ਉਂ ਵੀ ਬਣਾਉਂਦੇ ਆ ਨਾ ਖਬਰਾਂ ਬਣਾ ਕੇ ਛਾੜ ਦਿੰਦੇ ਕਿਸ ਨੇ ਪੁੱਛਿਆ ਜੀ ਰੀਸ਼ਫਲ ਬਾਰੇ ਤੁਹਾਡਾ ਕੀ ਵਿਚਾਰ ਹੈ ਉਹ ਕਹਿੰਦਾ ਅਸੀਂ ਜਨਮ ਜਾਤ ਜਮਾਂਦਰੂ ਕਾਂਗਰਸੀ ਜੀ ਅਸੀਂ ਸਹੀ ਕਾਂਗਰਸੀ ਆ ਜੇ ਕਿਤੇ ਕਹਿੰਦਾ ਵੀ ਕੋਈ ਕਿਸੇ ਨੇ ਕੋਈ ਐਸੀ ਵੈਸੀ ਸਾਡੇ ਹੱਕਾਂ ਹਕੂਕਾਂ ਦੀ ਗੱਲ ਕਰਤੀ ਹੂੰ ਕੰਨ ਫੜ ਕੇ ਤੇ ਕਾਂਗਰਸੋਂ ਬਾਹਰ ਕੱਢ ਦਿਆਂਗੇ ਜੀ ਇਹ ਜਦੋਂ ਹੁਣ ਇਸ ਕਿਸੇ ਦੀਆਂ ਗੱਲਾਂ ਹੋਊ ਕਹਿੰਦੇ ਸਰਕਾਰ ਸਰਗੁਰੂ ਬਣਾਉਣ ਵਾਲੀ ਤਾਂ ਕੋਈ ਗੱਲ ਹੁਣ ਤਾਂ ਮਤਲਬ ਜਿਵੇਂ ਉਹਨੇ ਪੁਰਾਣੇ ਜ਼ਮਾਨੇ ਦੇ ਵਿੱਚ ਹੁੰਦੇ ਜਿਵੇਂ ਆਪਣੇ ਗੈਂਗ ਹੁੰਦੇ ਬਈ ਉਹ ਕੱਲ ਉੱਥੇ ਫਲਾਣੇ ਨੇ ਉਹਨੂੰ ਕਤਲ ਕਰਤਾ ਉਹਨੂੰ ਗੈਂਗਾ ਵਾਲੀ ਗੱਲ ਸ਼ੁਰੂ ਹੋ ਗਈ ਕਾਂਗਰਸ ਪਾਰਟੀ ਦੇ ਅੰਦਰ ਕੇ ਇਹਨੂੰ ਕੈਪਟਨ ਮੰਨ ਜੂਗਾ ਇਹਨੂੰ ਸਿੱਧੂ ਮੰਨ ਜੂਗਾ ਇਹਨੂੰ ਇੱਥੇ ਮੰਨ ਜੂ ਕਿਸੇ ਨੂੰ ਬਾਹਰ ਵਾਲਿਆਂ ਨੂੰ ਮੰਨਣ ਦੀ ਲੋੜ ਹੀ ਨਹੀਂ ਆਪੇ ਆਪ ਹੀ ਮੰਨ ਜਾਨੇ ਆਪਣੇ ਆਪ ਹੀ ਸਾਧਾਂ ਦੇ ਕੋਲ ਆਉਂਦੇ ਹਾਂਜੀ ਹਾਂਜੀ ਅਸਲ ਉੱਥੇ ਜਾਣ ਦਾ ਕਾਰਨ ਕੱਲ ਆਹੀ ਸੀ ਹੋਰ ਕੋਈ ਨਹੀਂ ਜੀ ਤੇ ਉਧਰ ਐਸਆਈਟੀ ਦੀ ਕੀ ਡਿਵੈਲਪਮੈਂ ਪੁਰਾਣੇ ਪੁਲਿਸ ਅਫਸਰਾਂ ਹੂੰ ਹੂੰ ਜਿਹੜੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਸ ਮਾਮਲੇ ਦੇ ਨਾਲ ਜੁੜੇ ਰਹੇ ਆ ਉਹਨਾਂ ਨੂੰ ਬੁਲਾਇਆ ਸੀ ਜੀ ਕਿ ਤੁਸੀਂ ਆ ਕੇ ਦੱਸੋ ਭਾਈ ਆਪਣਾ ਪੱਖ ਕੀ ਹੈ ਹੂੰ ਹੂੰ ਪਹਿਲੀ ਗੱਲ ਤਾਂ ਦਾਨੀਅਲ ਜੀ ਸਾਹਿਬ ਆਪਾਂ ਨੂੰ ਇਹ ਦੇਖਣਾ ਪੈਣਾ ਕਿ ਐਸਆਈਟੀ ਚਾਹੇ ਕੋਟਕਪੂਰ ਵਾਲੀ ਹੈ ਜੀ ਚਾਹੇ ਬਾਬਲ ਕਲਾ ਵਾਲੀ ਹੈ ਚਾਹੇ ਜਿਹੜੀ ਹੈਗੀ ਆ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਜਿਹੜੀਆਂ ਘਟਨਾਵਾਂ ਹੋਈਆਂ ਉਹ ਐਸਆਈਟੀ ਦਾ ਇਹ ਕੰਮ ਕਰਨ ਦਾ ਤਰੀਕਾ ਕਰਨ ਜੀ ਉਹ ਮੈਨੂੰ ਬੜਾ ਪਸੰਦ ਆ ਹੂੰ ਹੂੰ ਉਹ ਲੱਗਦਾ ਕਿ ਪ੍ਰੋਫੈਸ਼ਨਲੀ ਕਰ ਰਹੇ ਤੁਸੀਂ ਯਾਦ ਕਰੋ ਜਦੋਂ ਤਿੰਨ ਕੇਸ ਜਿਹੜੇ ਪਹਿਲੇ ਕੇਸ ਹੈ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦਾ ਚੋਰੀ ਹੋਣਾ ਇਸ਼ਤਿਹਾਰ ਲੱਗਣੇ ਬੇਅਦਬੀ ਹੋਣੀ ਇਹ ਤਿੰਨੇ ਦੇ ਤਿੰਨੇ ਕੇਸ ਸੀਬੀਆਈ ਨੂੰ ਚਲੇ ਗਏ ਸੀ ਜੀ ਸੀਬੀਆਈ ਤੋਂ ਕੇਸ ਬੜੀ ਮੁਸ਼ਕਲ ਦੇ ਨਾਲ ਵਾਪਸ ਲਿਆਂਦੇ ਗਏ ਹਮਮ ਲੇਕਿਨ ਉਹਨਾਂ ਕੇਸਾਂ ਦੇ ਵਾਪਸ ਆਉਣ ਤੋਂ ਪਹਿਲਾਂ ਸੀਬੀਆਈ ਨੇ ਇੱਕ ਕਲੋਜ਼ਰ ਰਿਪੋਰਟ ਪੇਸ਼ ਕਰਤੀ ਸੀ ਜੀ ਤੇ ਕਲੋਜ਼ਰ ਰਿਪੋਰਟ ਪੇਸ਼ ਕਰਨ ਵੇਲੇ ਸੀਬੀਆਈ ਨੇ ਜਿਹੜੀਆਂ ਗੱਲਾਂ ਕਹੀਆਂ ਸੀ ਨਾ ਹਮਮ ਉਹਨਾਂ ਗੱਲਾਂ ਨੂੰ ਰੱਦ ਕਰਕੇ ਜਿਹੜਾ ਚਲਾਨ ਪੇਸ਼ ਕੀਤਾ ਜੀ ਉਹਦੇ ਵਿੱਚ ਨੌ ਨੁਕਤੇ ਕੱਢੇ ਉਹਨਾਂ ਨੇ ਹਮਮ ਸੀਬੀਆਈ ਨੂੰ ਨੋਟ ਪੁਆਇੰਟਾਂ ਦਿੱਤੇ ਨੇ ਇਹਨਾਂ ਨੇ ਨਕਾਰਿਆ ਕਿ ਸੀਬੀਆਈ ਦੀ ਰਿਪੋਰਟ ਗਲਤ ਹੈ। ਨੰਬਰ ਤਾਂ ਇੱਕ ਤਾਂ ਉਹਨੇ ਕਹਿ ਫ ਸੀਬੀਆਈ ਵਾਲੇ ਕਹਿੰਦੇ ਜੀ ਜਿਹੜੇ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੱਕਿਆ ਹੂੰ ਹੂੰ ਕਹਿੰਦੇ ਜੀ ਸੀਸੀਟੀਵੀ ਕੈਮਰੇ ਨਹੀਂ ਲੱਗੇ ਸੀ। ਜੀ ਅੱਛਾ ਇਸ ਕਰਕੇ ਕਹਿੰਦੇ ਕੋਈ ਸਬੂਤ ਹੀ ਨਹੀਂ ਉਹਦਾ ਕੀ ਪਤਾ ਕੌਣ ਕਾਹਦੇ ਤੇ ਲਗੇ ਹੂੰ ਹੂੰ ਜਿਹੜੀ ਪੰਜਾਬ ਵਾਲੀ ਐਸਆਈਟੀ ਉਹਨਾਂ ਨੇ ਕੱਢ ਲਿਆ ਜੀ ਹੂੰ ਹੂੰ ਉਹ ਕਹਿੰਦੇ ਜੀ ਆ ਏ ਸਟਾਰ ਜੀ ਮਰੂਤੀ ਕਾਰ ਹੂੰ ਆਹ ਸੀਸੀਟੀਵੀ ਕੈਮਰੇ ਚ ਗਾਇਬ ਹੋਈ ਵੀ ਅੱਛਾ ਔਰ ਇਹ ਕੀ ਦੀ ਹੈ ਹਾਂ ਇਹ ਨਿਸ਼ਾਨ ਸਿੰਘ ਦੇ ਬਾਪ ਦੇ ਨਾਂ ਦੇ ਉੱਤੇ ਰਜਿਸਟਰ ਹੋਈ ਹੈ ਜਿਹੜਾ ਇਸ ਕਾਂਡ ਦੇ ਵਿੱਚ ਹੈ। ਅੱਛਾ। ਸੀਬੀਆਈ ਵਾਲਿਆਂ ਨੇ ਕਹਿੰਦੇ ਵੀ ਜੇ ਸੀਬੀਆਈ ਵਾਲਿਆਂ ਦੇ ਤਾਂ ਸਮਰੱਥੀ ਹੈ ਨਹੀਂ। ਹਾਂ। ਉਹਨਾਂ ਦੀ ਤਾਂ ਜਿਹੜੀ ਹੈਗੀ ਉਹਨਾਂ ਨੇ ਇਹਦੀ ਐਨਾਲਿਸਿਸ ਹੀ ਨਹੀਂ ਕੀਤਾ। ਅੱਛਾ। ਅਗਲੀ ਗੱਲ ਸੀਬੀਆਈ ਨੇ ਤੁਸੀਂ ਹੋਰ ਦੇਖਿਆ ਹੋਣੇ ਗੱਲ ਕਹੀ ਸੀ ਜੀ ਅਸੀਂ ਜਿਹੜੇ ਪੋਸਟਰ ਹੈ। ਹੂੰ। ਪੋਸਟਰਾਂ ਦਾ ਜਿਹੜੀ ਐਸ ਜਿਹੜੀ ਆਪਣੇ ਫੋਰੈਂਸਿਕ ਲੈਬ ਦੇ ਵਿੱਚ ਉਹਨਾਂ ਦੀ ਜਿਹੜੀ ਐਨਾਲਿਸਿਸ ਕਰਵਾਉਣ ਵਾਸਤੇ ਜੀ ਅਸੀਂ ਨਮੂਨੇ ਲਏ ਹੱਥ ਲਿਖਤ। ਹੂੰ ਹੂੰ। ਤੇ ਨਮੂਨੇ ਕਿੰਨੇ ਲਏ ਜੀ ਕਹਿੰਦੇ ਨਮੂਨੇ ਅਸੀਂ ਲਏ ਆ 99 ਤੋਂ 90 90 ਦੇ ਕਰ ਉਨਾਰਤੀ ਆ ਕੁਸ਼ਹਿ ਜੀ ਅਮਰੇ ਅਜ਼ੀਰ ਉਹ ਕਹਿੰਦੇ ਜੀ ਜਦੋਂ ਹੁਣ ਉਹਨਾਂ ਨੇ ਚਲਾਨ ਪੇਸ਼ ਕੀਤਾ ਕਹਿੰਦੇ ਜੀ ਅਸੀਂ ਇਹ ਨਮੂਨੇ ਨਮੂਨਾ ਦਾ ਤਾਂ ਮਲਾ ਨਹੀਂ ਨਹੀਂ ਹੋਇਆ ਜੀ ਇਹਨਾਂ ਨੇ ਆਪਣੇ ਵਾਲਿਆਂ ਨੇ ਵੀ ਐਸਆਈਟੀ ਆ ਨਮੂਨੇ ਲਈ ਸੀ ਉਹਨੂੰ ਚੈਲੰਜ ਕੀਤਾ ਗਿਆ ਪਹਿਲਾਂ ਤਾਂ ਸੈਸ਼ਨ ਕੋਰਟ ਦੇ ਵਿੱਚ ਫਿਰ ਉਹਨੂੰ ਹਾਈ ਕੋਰਟ ਦੇ ਵਿੱਚ ਅਪੀਲ ਪਾਈ ਗਈ ਜੀ ਹਾਈ ਕੋਰਟ ਨੇ ਵੀ ਕਹਿਤਾ ਵੀ ਨਹੀਂ ਇਹ ਲੈ ਸਕਦੇ ਹੂੰ ਹੂੰ ਉਹਨਾਂ ਨੇ ਉਹਨੂੰ ਕਹਦੇ ਉਹ ਕਹਿੰਦੇ ਜਿਹੜੀ ਤੁਹਾਡੀ ਸੀਗੀ ਜਿਹੜੀ ਲੈਬੈਟਰੀ ਦੇ ਕੋਲੇ ਤੁਹਾਡੇ ਗਏ ਸੀਗੇ ਨਮੂਨੇ ਹੂੰ ਉਹਨਾਂ ਨਮੂਨਿਆਂ ਦੇ ਵਿੱਚੋਂ ਤਾਂ ਬਹੁਤ ਸਾਰੇ ਨਮੂਨਿਆਂ ਦਾ ਹਾਲੇ ਤੱਕ ਮੁਲੰਕਨ ਨਹੀਂ ਹੋਇਆ ਅੱਛਾ ਜੀ ਉਹਦਾ ਨਮੂਨੇ ਉਹਨਾਂ ਕੋਲੇ ਪੈਂਡਿੰਗ ਪਏ ਹੂੰ ਹੂੰ ਉਹਨਾਂ ਦੀ ਫਾਈਨਲ ਰਿਪੋਰਟ ਆਉਣ ਤੋਂ ਪਹਿਲਾਂ ਅਜੇ ਕੁਝ ਨਮੂਨਿਆਂ ਦੀ ਰਿਪੋਰਟ ਆਈ ਸੀ ਜੇ ਤੁਸੀਂ ਚਲਾਨ ਪੇਸ਼ ਕਰਦਾ ਅੱਛਾ ਉਹਨੂੰ ਅਸੀਂ ਕਿਵੇਂ ਮੰਨੀਏ ਹੂੰ ਤੀਜੀ ਗੱਲ ਜੀ ਜਿਹੜੀ ਉਹਨਾਂ ਨੇ ਇੱਕ ਹੋਰ ਵੱਡੀ ਵੱਡੀ ਗੱਲ ਕਹੀ ਹੈ ਤਿੰਨੇ ਚਲਾਨ ਹੂੰ ਜਿਹੜੀ ਤਿੰਨ ਪਰਚੀਆਂ ਤਿੰਨਾ ਪਰਚਿਆਂ ਦੀ ਕਲੋਜ਼ਰ ਰਿਪੋਰਟ ਇੱਕੋ ਜੇ ਦੀ ਅੱਛਾ ਜੀ ਉਹਦੇ ਵਿੱਚ ਹਾਲਾਂਕਿ ਸੀਬੀਆਈ ਨੂੰ ਆਪਾਂ ਮੰਨਦੇ ਆ ਕਿ ਬਹੁਤ ਵੱਡੀ ਹੈ ਇੱਕ ਜਿਹੜੀ ਹੈਗੀ ਕਾਨੂੰਨ ਦੀ ਪਾਬੰਦੀ ਜੀ ਸੀ ਪਾਬੰਦ ਬਿਲਕੁਲ ਹਾਂਜੀ ਕਾਨੂੰਨ ਦੇ ਮੁਤਾਬਕ ਚੱਲਦੀ ਹੈ ਉਹਨਾਂ ਨੇ ਜੀ ਸੀ ਆਰਪੀਸੀ ਹੂੰ ਇਹ ਰਾ ਕ੍ਰਿਮੀਨਲ ਪ੍ਰਸੀਜਰ ਕੋਡ ਹੈ ਉਹ ਕੱਢ ਲਿਆ ਕਹਿੰਦੇ ਆ ਦੇਖ ਲਓ ਜੀ ਇਹਦੇ ਵਿੱਚੋਂ ਕਿੱਥੇ ਸਾਬਤ ਹੁੰਦਾ ਹੈ ਹੂੰ ਕਿਉਂਕਿ ਸੀਆਰਪੀਸੀ ਦੇ ਮੁਤਾਬਕ ਜਿਹੜੀ ਐਫਆਈਆਰ ਦਰਜ ਹੋ ਗਈ ਜੇ ਇਹਦੀ ਕਲੋਜ਼ਰ ਰਿਪੋਰਟ ਕਰਨੀ ਹੈ ਜਿਹੜੇ ਦੇ ਕਾਰਨ ਹੈ ਜੀ ਉਹਦੇ ਕਾਰਨਾਂ ਦਾ ਵਿਖਿਆਨ ਕਰਕੇ ਕੱਲੇ ਕੱਲੇ ਐਫਆਈਆਰ ਦਾ ਕੱਲਾ ਕੱਲਾ ਕਾਰਨ ਦੱਸਣਾ ਪੈਣਾ ਹੂੰ ਹੂੰ ਤਿੰਨ ਐਫਆਈਆਰਾਂ ਦੀ ਇੱਕੋ ਕਲੋਜ਼ਰ ਰਿਪੋਰਟ ਪੇਸ਼ ਕਰਤੀ ਅੱਛਾ ਇਹ ਤੋਂ ਕਹਿੰਦੇ ਜਮਾਂ ਸਪਸ਼ਟ ਪਤਾ ਲੱਗ ਗਿਆ ਕਿ ਸੀਬੀਆਈ ਜਿਹੜੀ ਹੈਗੀ ਹੈ ਉਹ ਇਹ ਤਬਤੀਸ਼ ਨੂੰ ਸਿਰੇ ਲਾਉਣ ਦੇ ਵਿੱਚ ਕੋਈ ਦਿਲਚਸਪੀ ਕੋਈ ਨਹੀਂ ਸੀ ਅੱਛਾ ਹੋਵੇ ਵੀ ਕਿਉਂ ਹੂੰ ਹੂੰ ਕਿਉਂਕਿ ਜਦੋਂ ਇਹ ਸਾਰਾ ਕੁਝ ਹੋਇਆ ਸੀ ਉਹ ਭਾਰਤੀ ਜਨਤਾ ਪਾਰਟੀ ਵੀ ਕੋਲੀਸ਼ਨ ਦੇ ਵਿੱਚ ਸ਼ਾਮਲ ਸੀ ਪੰਜਾਬ ਦੇ ਵਿੱਚ ਹਾਂਜੀ ਬਿਲਕੁਲ ਤੇ ਜਦੋਂ ਚਲੋ ਇਹ ਸਰਕਾਰ ਇੱਥੋਂ ਟੁੱਟ ਗਈ ਤੇ ਦਿੱਲੀ ਵਾਲੀ ਕੋਲੀਸ਼ਨ ਦੇ ਵਿੱਚ ਖਾਲੀਦ ਅਲਲੇ ਵੀ ਸ਼ਾਮਲ ਸੀਗੇ ਹੂੰ ਹੂੰ ਉਹਦੇ ਸੀਬੀਆਈ ਨੂੰ ਪਿੰਜਰੇ ਦਾ ਤੋਤਾ ਸੁਪਰੀਮ ਕੋਰਟ ਪਹਿਲਾਂ ਹੀ ਕਹਿ ਚੁੱਕੀ ਹੈ ਉਹ ਜੋ ਪਿੰਜਰੇ ਦੇ ਤੋਤੇ ਨੂੰ ਹੁਕਮ ਸੀ ਉਹ ਹੋ ਗਿਆ ਹੁਣ ਜਿਹੜੀ ਹੈਗੀ ਹੈ ਜੀ ਹੁਣ ਉਹਨਾਂ ਨੇ ਪੁਰਾਣੇ ਬੰਦੇ ਨੂੰ ਬੁਲਾਉਣਾ ਕਿਉਂ ਸ਼ੁਰੂ ਕੀਤਾ ਕਿਉਂਕਿ ਇਹ ਹੈ ਵੀ ਇਹਨਾਂ ਕਾਨੂੰ ਕੋਈ ਕਹਿ ਦੇਵੇ ਕਿ ਜੀ ਜਿੰਨਾ ਪੁਲਿਸ ਵਾਲਿਆਂ ਨੇ ਪਹਿਲਾਂ ਤਫਤੀਸ਼ ਕੀਤੀ ਸੀ ਉਹਨਾਂ ਨੂੰ ਕਿਉਂ ਨਹੀਂ ਕੀਤਾ ਹਾਂ ਹਾਂ ਕੱਲ ਜਿਹੜੇ ਪੁਲਿਸ ਅਫਸਰ ਬੁਲਾਏ ਉਹਨਾਂ ਨੇ ਜਿਹਨਾਂ ਦੇ ਬਿਆਨ ਲਏ ਉਹਨਾਂ ਦੇ ਵਿੱਚ ਜੀ ਬਲਜੀਤ ਸਿੰਘ ਸਿੱਧੂ ਜੀ ਜਿਹੜੇ ਉਦੋਂ ਡੀਐਸਪੀ ਹੁੰਦਾ ਸੀ ਹੁਣ ਐਸਪੀ ਹੈ ਹਮ ਇੱਕ ਹੈ ਜੀ ਬਲਬੀਰ ਸਿੰਘ ਹਮ ਪਹਿਲਾਂ ਇਹ ਡੀਐਸਪੀ ਸੀ ਅੱਜ ਕੱਲ ਐਸਪੀ ਹੈ ਦੂਜਾ ਆਪਣੇ ਇੱਥੇ ਡੀਐਸਪੀ ਗੁਰਜੀਤ ਸਿੰਘ ਰਮਾਣਾ ਹਮ ਇਹਨਾਂ ਨੂੰ ਵੀ ਬੁਲਾਇਆ ਅਮਰਜੀਤ ਸਿੰਘ ਕੁਲਾਰ ਜੀ ਇਹ ਮਿੱਡੂ ਖੇੜੇ ਦੇ ਰਹਿਣ ਵਾਲੇ ਹਮ ਬਾਜਾਖਾਨਾ ਦੇ ਐਸਐਚਓ ਰਹੇ ਇਹਨਾਂ ਨੇ ਵੀ ਪਟੀਸ਼ਨ ਪਾਈ ਸੀ ਜੀ ਕੁਲਾਰ ਵਾਲੀ ਪ ਇਹ ਇਨਸਪੈਕਟਰ ਹੈ ਇਹ ਕਹਿੰਦੇ 크੍ਰਿਸ਼ਨ ਲਾਲ ਹੂੰ ਤੇ 크੍ਰਿਸ਼ਨ ਲਾਲ ਹੁਰੀ ਹੈਗੇ ਸਬ ਇਨਸਪੈਕਟਰ ਅੱਛਾ ਇਹਨਾਂ ਸਾਰਿਆਂ ਦੀ ਪੁੱਛਪੜਤਾਲ ਕੀਤੀ ਹੈ ਪੁੱਛਪੜਤਾਲ ਦੇ ਵਿੱਚ ਇਹਨਾਂ ਨੇ ਕਿਹਾ ਕੀ ਹੈ ਇਹ ਤਾਂ ਬੇਤਰ ਇਹੀ ਜਾਣਦੇ ਨੇ ਹੂੰ ਹੂੰ ਲੇਕਿਨ ਇੱਕ ਗੱਲ ਸਪਸ਼ਟ ਹੈ ਕਿ ਉਹ ਗੁੰਜਾਇਸ਼ ਨਹੀਂ ਕੋਈ ਦੇ ਰਹੇ ਜੀ ਐਸਆਈਟੀ ਵਾਲੇ ਚਾਹੀ ਉਹਨਾਂ ਨੇ ਸੀਬੀਆਈ ਦੀਆਂ ਇਹਨਾਂ ਫਾਈਂਡਿੰਗਸ ਆ ਜਾਂ ক্লোਜ਼ਰ ਰਿਪੋਰਟ ਹੈ ক্লোਜ਼ਰ ਰਿਪੋਰਟ ਨੂੰ ਰੱਦ ਕਰਨ ਵਾਸਤੇ ਇਹਨਾਂ ਨੇ ਦਲੀਲਾਂ ਦਿੱਤੀ ਉਹ ਵੀ ਠੀਕ ਜੀ ਇਸ ਮਾਮਲੇ ਦੇ ਵਿੱਚ ਵੀ ਉਹ ਇਕੱਲੇ ਇਕੱਲੇ ਬੰਦੇ ਨੂੰ ਬੁਲਾ ਕੇ ਪੁੱਛ ਰਹੇ ਦੱਸ ਭਾਈ ਤੇਰੇ ਕੋਲ ਹੈ ਕੀ ਹੈ ਕੀ ਹਾਂ ਤੂੰ ਦੱਸ ਤੇ ਉਹਦੇ ਤੇ ਫਿਰ ਅਸੀਂ ਆਪਣੀ ਫਾਈਨਲ ਰਿਪੋਰਟ ਦੇਗੀ ਜੀ ਤੇ ਦਿੱਲੀੋਂ ਬੜੀ ਇੱਕ ਦਰਤਨਕ ਖਬਰ ਆ ਰਹੀ ਹੈ ਜੀ ਕਹਿੰਦੇ ਬੱਚੀ ਨਾਲ ਸ਼ਮਸ਼ਾਨ ਘਾਟ 'ਚ ਹੀ ਬਲਾਤਕਾਰ ਉੱਥੇ ਹੀ ਉਹਦਾ ਕਤਲ ਤੇ ਉੱਥੇ ਹੀ ਉਹਦਾ ਇਹ ਸਭ ਬਹੁਤ ਹਿਰਦੇ ਵਿੱਦ ਖਬਰ ਹੈ ਹੂੰ ਅਸਲ ਦੇ ਵਿੱਚ ਕੋਈ ਨੰਗਲ ਪੁਰਾਣਾ ਕੁਛ ਇਹੋ ਜਿਹਾ ਨਾ ਹੈ ਦਿੱਲੀ ਦੇ ਵਿੱਚ ਪਿੰਡ ਹੈ ਹੂੰ ਉੱਥੇ ਜਿੱਥੇ ਸ਼ਮਸ਼ਾਨ ਘਾਟ ਬਣਿਆ ਸ਼ਮਸ਼ਾਨ ਘਾਟ ਦੇ ਸਾਹਮਣੇ ਜੀ ਕੋਈ ਪਰਿਵਾਰ ਕਿਰਾਏ ਦੇ ਮਕਾਨ ਤੇ ਰਹਿੰਦਾ ਸੀ ਅੱਛਾ ਜੀ ਬੱਚੀ ਸੀ 9 ਸਾਲਾਂ ਦੀ ਹੂੰ ਗਰੀਬ ਬੰਦੇ ਜਿਹੜੇ ਕਿਰਾਏ ਦੇ ਮਕਾਨ ਤੇ ਰਹਿੰਦੇ ਫਰਿੱਜ ਫਰਿੱਜ ਤੁਹਾਨੂੰ ਪਤਾ ਕਿੱਥੇ ਹੁੰਦੇ ਗਰੀਬਾਂ ਦੇ ਹੂੰ ਬਿਲਕੁਲ ਸਹੀ ਨਹੀਂ ਕਿੱਲ ਤੁਹਾਡੇ ਸ਼ਮਸ਼ਾਨ ਘਾਟ ਦੇ ਵਿੱਚ ਲੱਗਾ ਸੀ ਕੂਲਰ ਹੂੰ ਹੂੰ ਬੱਟਰ ਕੁਲਰ ਲੱਗਿਆ ਸੀ ਅੱਛਾ ਪਾਣੀ ਪੀਣ ਨੂੰ ਪਾਣੀ ਪੀਣ ਆਸਦੀ ਬੱਚੀ 9 ਸਾਲਾਂ ਦੀ ਮਾਂ ਨੂੰ ਕਹਿੰਦੀ ਵੀ ਮੈਂ ਪਾਣੀ ਪੀ ਵੀ ਆ ਮਾਂ ਤੇ ਪਾਣੀ ਲੈ ਦੇ ਲੈ ਵੀ ਆਵਾ ਮਾਂ ਕਹਿੰਦੀ ਚਲੀ ਜਾ ਜਦੋਂ ਉਹ ਗਈ ਤਾਂ ਪਹਿਲੀ ਗੱਲ ਤੇ ਜਿਹੜਾ ਉੱਥੇ ਮੰਦਰ ਹੈ ਅੰਦਰ ਜਿਹੜਾ ਪੁਜਾਰੀ ਸੀ ਮੰਦਰ ਦਾ ਮੰਦਰ ਦੇ ਪੁਜਾਰੀ ਤੇ ਦੋ ਤਿੰਨ ਬੰਦੇ ਉਹਦੇ ਨਾਲ ਹੋਰ ਸੀ ਉਹਨਾਂ ਦੀ ਨਜ਼ਰ ਫਿੱਟ ਗਈ ਤੇ ਉਹਨਾਂ ਨੇ ਕੁੜੀ ਨੂੰ ਆਪਦੀ ਹਾਫਤਾ ਦਾ ਸ਼ਿਕਾਰ ਬਣਾਇਆ ਹਾਫਤਾ ਦਾ ਸ਼ਿਕਾਰ ਬਣਾਉਣ ਤੋਂ ਬਾਅਦ ਉਹਦਾ ਕੁੜੀ ਦਾ ਕਿਵੇਂ ਉਹਦਾ ਕਤਲ ਕੀਤਾ ਇਹ ਨਹੀਂ ਕਿਸੇ ਨੂੰ ਕੋਈ ਪਤਾ ਨਹੀਂ ਹੈ ਤੀਜੀ ਗੱਲ ਜਿਹੜੀ ਇਹ ਕੀਤੀ ਕਿ ਕੁੜੀ ਦੀ ਮਾਂ ਨੂੰ ਬੁਲਾ ਲਿਆ ਹੂੰ ਕੁੜੀ ਦੀ ਮਾਂ ਨੂੰ ਬੁਲਾ ਕੇ ਕਹਿੰਦੇ ਵੀ ਜਦੋਂ ਕੁੜੀ ਪਾਣੀ ਕੱਢਦੀ ਸੀ ਨਾ ਇਹ ਚੋਂ ਸਕੂਲਰ ਚੋਂ ਇਹਨੂੰ ਕਰੰਟ ਲੱਗਿਆ ਅੱਛਾ ਇਹ ਮਰ ਗਈ ਜੇ ਆਪਾਂ ਪੁਲਿਸ ਨੂੰ ਇਨਫੋਰਮ ਕਰਦੇ ਆ ਪੀਸੀਆਰ ਨੂੰ ਫੋਨ ਕਰਦੇ ਆ ਤੇ ਉਹ ਇਹਨੂੰ ਚੱਕ ਕੇ ਲੈ ਜਾਣਗੇ ਚੱਲ ਜਾਈਊਗੀ ਹਾਂ ਫਿਰ ਇਹਦਾ ਪੋਸਟਮਾਰਟਮ ਹੋਊਗਾ ਹਾਂ ਡਾਕਟਰ ਫਿਰ ਕਹਿੰਦੇ ਜੀ ਇਹਨਾਂ ਦੇ ਜਿਹੜੇ ਨਾ ਅੰਗ ਕੱਢ ਲੈ ਦੇ ਅੱਛਾ ਡਰਾਤਾ ਡਰਾਤਾ ਤੇ ਇਹ ਕੁਛ ਹੋਊਗਾ ਆਪਾਂ ਸੰਸਕਾਰ ਕਰਨਾ ਕੁੜੀ ਦੀ ਮਾਂ ਕਹਿੰਦੀ ਨਹੀਂ ਸੰਸਕਾਰ ਕਰਨਾ ਭਾਈਚਾਰਾ ਇਕੱਠਾ ਕਰਨਾ ਸੀ ਹੂੰ ਹੂੰ ਇਸ ਤਰ੍ਹਾਂ ਨਹੀਂ ਉਹ ਵਿਚਾਰੀ ਰੋ ਪਿੱਟ ਰਹੀ ਆ ਉਹ ਕਰਦੀ ਤੇ ਉਹਨਾਂ ਨੇ ਦਵਾ-ਦਵ ਚੱਕਿਆ ਕਿਉਂਕਿ ਲੱਕੜਵਾਲੇ ਕੋਲੇ ਪਿਆ ਸੀ ਕੁੜੀ ਦਾ ਸੰਸਕਾਰ ਕਰਦਾ ਇਹਦੀ ਰੌਲਾ ਪੈ ਗਿਆ ਰੌਲਾ ਪੈਣ ਤੋਂ ਬਾਅਦ ਲੋਕ ਪ੍ਰੋਟੈਸਟ ਕਰਨ ਲੱਗੇ ਤੇ ਫਿਰ ਦਾਨੇ ਵਾਲਿਆ ਸਾਹਿਬ ਜਿਹੜੀ ਜਿਹੜੀ ਪੁਲਿਸ ਦੀ ਦਰਿੰਦਗੀ ਸਾਹਮਣੇ ਅੱਛਾ ਜੀ ਪੁਲਿਸ ਫਿਰ ਇਸ ਗੱਲ ਦੇ ਉੱਤੇ ਵੀ ਤੁਸੀਂ ਰੌਲਾ ਕਿਉਂ ਪਾਉਂਨੇ ਪਰਿਵਾਰ ਵਾਲਿਆਂ ਨੂੰ ਹੀ ਪੁੱਠਾ ਦਬਕਾਉਣ ਲੱਗ ਗਏ ਦਬਕਾਉਣ ਲੱਗ ਲਏ ਜੀ ਕਹਿੰਦੇ ਗਰੀਬ ਆ ਨਾ ਫਿਰ ਗਰੀਬ ਹੈ ਕਹਿੰਦੇ ਉਹਨਾਂ ਨੂੰ ਕੁਸ਼ਹਰਾ ਸੱਚ ਵੀ ਲੈ ਲਿਆ ਸੀ ਹੂੰ ਹੂੰ ਰੋਲਾ ਜਿਆਦਾ ਪੈ ਗਿਆ ਹਮ ਹਲਕੇ ਦੇ ਲੋਕ ਇਕੱਠੇ ਹੋ ਗਏ ਵੀ ਇਹ ਗੱਲ ਕੀ ਹੋ ਰਹੀ ਹੈ ਬੱਚੀ ਦਾ ਮਾਮਲਾ ਸੀ ਹਮ ਹ ਉਹ ਵੀ ਮੰਦਿਰ ਦਾ ਪੁਜਾਰੀ ਜੀ ਇਸ ਕਿਸਮ ਦਾ ਕੁਛ ਕਰਦਾ ਹੈ ਅਖੀਰ ਇਹ ਗੱਲ ਕਰਦਾ ਕਰਦਿਆਂ ਜਿਹੜੀ ਆਪਣੀ ਊਮਨ ਕਮਿਸ਼ਨ ਹੈ ਜੀ ਦਿੱਲੀ ਦਾ ਸਬਾਤੀ ਮਾਲਾ ਕੁਝ ਕੋਈ ਹੈ ਉਹ ਹੈਗੀ ਸਬਾਤੀ ਮਾਲੀ ਵਾਲਾ ਜੀ ਉਹਦੀ ਚੇਅਰਪਰਸ ਸੁਣਾ ਉਹ ਹੈਗੀ ਜਿਹਨੇ ਪੁਲਿਸ ਵਾਲਿਆਂ ਦੀ ਖਿਚਾਈ ਕੀਤੀ ਵੀ ਇੱਕ ਗੱਲ ਫਿਰ ਕਿਤੇ ਜਾ ਕੇ ਜਿਹੜੀ ਹੈਗੀ ਜੀ ਐਫ ਆਰ ਦਰਜ ਕਰ ਲਿਆ एफआईआर दर्ज ਕਰਨ ਤੋਂ ਬਾਅਦ ਲੋਕਾਂ ਦੇ ਵਿੱਚ ਬੜਾ ਪ੍ਰੋਟੈਸਟ ਹੈ ਅਜੇ ਵੀ ਪ੍ਰੋਟੈਸਟ ਹੋਤੇ ਹੋਈ ਜਾਂਦੀ ਹੈ ਉਹ ਤੋਂ ਬਾਅਦ ਕੀ ਕੀਤਾ ਕਿ ਅਰਸਟ ਕਰ ਲਏ ਬੰਦੇ ਜੁਡੀਸ਼ੀਅਲ ਰਿਮਾਂਡ ਵੀ ਹੋ ਗਿਆ ਹੁਣ ਇਹ ਹੈ ਕਿ ਕੀ ਬੱਚੀ ਦਾ ਕਤਲ ਹੋਇਆ ਰੇਪ ਹੋਇਆ ਕਰੰਟ ਲੱਗਿਆ ਨਹੀਂ ਲੱਗਿਆ ਇਹ ਚੀਜ਼ਾਂ ਦਾ ਪੋਸਟਮਾਰਟ ਵਿੱਚ ਸਭ ਤੋਂ ਨਹੀਂ ਸੀ ਜਦੋਂ ਗੁੰਜਾਇਸ਼ ਹੀ ਨਹੀਂ ਛੱਡੀ ਕੋਈ ਸਬੂਤ ਹੀ ਕੋਈ ਨਹੀਂ ਛੱਡ ਖਤਮ ਹੀ ਕਰ ਤੋ ਬੱਚੀ ਦਾ ਹੁਣ ਬੱਚੀ ਦਾ ਕੀ ਹੋ ਇਹਦੇ ਦੇ ਪ੍ਰੋਟੈਸਟ ਫੇਰ ਹੋਈ ਇਹਦੇ ਤੇ ਫਿਰ ਇਹਦਾ ਜਿਹੜਾ ਹੁਣ ਨਵਾਂ ਸਿਲਸਿਲਾ ਸ਼ੁਰੂ ਹੋਇਆ ਕਿ ਰਾਜਨੀਤਿਕ ਲੋਕ ਵੀ ਪਹੁੰਚ ਰਹੇ ਹਾਂ ਉਹ ਵੀ ਫਿਰ ਹਾਂ ਆਹ rahul gandhi ਵੀ ਗਿਆ ਉਹਨੇ ਪਰਿਵਾਰ ਦੇ ਨਾਲ ਜਾ ਕੇ ਜਿਹੜੀ ਜਿਹੜੀ ਆ ਆਪਣੇ ਹਮਦਰਦੀ ਪ੍ਰਗਟ ਕੀਤੀ ਹਮਦਰਦੀ ਪ੍ਰਗਟਾਈ ਹਾਂ ਜੀ ਹਮਦਰਦੀ ਪ੍ਰਗਟ ਕਰਕੇ rahul gandhi ਨੇ ਆ ਕੇ ਉਹ ਜਿਹੜਾ ਉਹਦੇ ਮਾਪਿਆਂ ਦੇ ਨਾਲ ਬੈਠੇ ਦੀ ਜਿਹੜੀ ਫੋਟੋ ਟਵੀਟ ਕਰਤੀ ਹੂੰ ਹੂੰ ਫਿਰ ਦੀ ਭਾਰਤੀ ਜਨਤਾ ਪਾਰਟੀ ਨੂੰ ਝੱਲਣ ਸ਼ੁਰੂ ਹੋ ਗਈ ਅੱਛਾ ਭੀ ਸੰਬਤ ਪਾਤਰ ਹੈ ਜੀ ਇਹਨਾਂ ਦਾ ਇੱਕ ਹਾਂ ਹੈਗਾ ਪੌਂਕਾ ਆਹ ਪੌਂਕਾ ਨੂੰ ਕਈ ਤਾਂ ਗੋਬਰ ਪਾਤਰਾਂ ਵੀ ਕਹਿੰਦੇ ਹੂੰ ਹੂੰ ਉਨੇ ਇਸ ਦੁਕਾਨਦਾਰ ਦੇ ਵਿੱਚੋਂ ਵੀ ਸਿਆਸੀ ਰੋਟੀਆਂ ਸੇਕਣ ਦੀ ਕੋਸ਼ਿਸ਼ ਨਹੀਂ ਹੈ ਹੀ ਫਿਰ ਕਹਿੰਦਾ ਜੀ ਰਾਹੁਲ ਗਾਂਧੀ ਦੇ ਖਿਲਾਫ ਪਾਸਕੋ ਐਕਟ ਦੇ ਅਧੀਨ ਕ ਪਾਸਕੋ ਐਕਟ ਦੇ ਅਧੀਨ ਕਾਰਵਾਈ ਹੋਣੀ ਚਾਹੀਦੀ ਇਹਨੇ ਬੱਚੀ ਦੀ ਪਛਾਣ ਉਹਦੇ ਮਾਪਿਆਂ ਦੀ ਫੋਟੋ ਲਾ ਕੇ ਬੱਚੀ ਦੀ ਪਛਾਣ ਜाहिर ਕਰਤੀ ਅੱਛਾ ਦੱਸੋ ਫਿਰ ਇੱਕ ਹੋਰ ਗੱਲ ਕਰਦੀ ਟਵਿੱਟਰ ਵਾਲਿਆਂ ਨੂੰ ਵੀ ਨੋਟਿਸ ਕੱਢਦਾ ਹੂੰ ਕਿ ਜੀ ਤੁਸੀਂ ਜਿਹੜੀ ਹੈਗੀ ਪਾਤੀ ਇਹਨੂੰ ਇਹਦਾ ਜਾਮ ਕਰੋ ਟਵਿੱਟਰ ਜਾਮ ਕਰੋ ਹੂੰ ਹੂੰ ਮਤਲਬ ਬੱਚੀ ਮਰ ਗਈ ਉਹਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਦੀ ਬਜਾਏ ਇਹ ਹੋ ਗਿਆ ਕਿ ਇਹ ਉੱਥੇ ਬੰਦਾ ਚਲਾ ਗਿਆ ਇਹਨੂੰ ਕੋਈ ਬੈਨੀਫਿਟ ਨਾ ਮਿਲਦੀ ਹੂੰ ਇਹਦੇ ਤੋਂ ਰਗੜੇ ਇਹਦੇ ਕੱਢ ਦਿਓ ਲਓ ਜੀ ਕੇਜਰੀਵਾਲ ਮੁੱਖ ਮੰਤਰੀ ਹੈ ਹਾਂ ਹਾਂ ਕੇਜਰੀਵਾਲ ਮੁੱਖ ਮੰਤਰੀ ਕੇਜਰੀਵਾਲ ਵੀ ਉੱਥੇ ਚਲੇ ਗਏ ਜੀ ਕੇਜਰੀਵਾਲ ਨੇ ਜਾ ਕੇ ਜਦੋਂ ਉੱਥੇ ਗੱਲ ਕੀਤੀ ਕਰਾਈ ਪਹਿਲੀ ਗੱਲ ਤਾਂ ਜੀ ਕੇਜਰੀਵਾਲ ਨੇ ਮੈਜਿਸਟ੍ਰੇਰੀ ਮੈਜਿਸਟ੍ਰੀਅਲ ਪ੍ਰੂਫ ਦੇ ਆਊਟਰ ਕਰਤੇ ਅੱਛਾ ਜੀ ਪਰਿਵਾਰ ਨੂੰ ਹਾਂ ਜੀ ਉਹ ਕਰ ਸਕਦੇ ਦਿੱਲੀ ਦੀ ਚਲੋ ਪੁਲਿਸ ਤੋਂ ਉਹਦੇ ਮਤਲਬ ਨਹੀਂ ਸਰਕਾਰ ਤਾਂ ਹੈਗੀ ਪਰਵਾਰ ਨੂੰ 10 ਲੱਖ ਰੁਪਏ ਦੀ ਰੀਲੀਫ ਦਾ ਐਲਾਨ ਕਰਤਾ ਹੂੰ ਪਰ ਕੇਜਰੀਵਾਲ ਦਾ ਵੀ ਵਿਰੋਧ ਕੀਤਾ ਹੂੰ ਵਿਰੋਧ ਪਾਤਰੇ ਨਹੀਂ ਜਿਹੜੇ ਇਹਨਾਂ ਦੇ ਹੁੰਦੇ ਆ ਥੋੜੇ ਆਪਣੇ ਸੋ ਕਾਲਡ ਬਰਕਰਰ ਬਰਕਰਰ ਅੱਛਾ ਸੋ ਕਾਲਡ ਬਰਕਰਰ ਜਿਹੜੇ ਹੁੰਦੇ ਨੇ ਮੋਦੀ ਮੋਦੀ ਕਰਨ ਵਾਲੀ ਹੂੰ ਹੂੰ ਗੋ ਬੈਕ ਗੋ ਬੈਕ ਤੇ ਨਾਰੇ ਲਾਉਣ ਲੱਗੇ ਜੀ ਉਹ ਖੜਕੇ ਤੇ ਜਦੋਂ ਮਤਲਬ ਕੋਈ ਮਾੜੀ ਮੋਟੀ ਗੱਲ ਕਰਨ ਲੱਗੇ ਤੇ ਫਿਰ ਧੱਕੇ ਮਾਰਨ ਲੱਗੇ ਹੂੰ ਹੂੰ ਹੱਥੋਪਾਈ ਕਰਨ ਤੱਕ ਲੱਗੀ ਹੂੰ ਉਹ ਹੁਣ ਤੁਹਾਨੂੰ ਪਤਾ ਵੀ ਕੇਜਰੀਵਾਲ ਚਲੋ ਕੁਝ ਵੀ ਹੈ ਸਾਰਾ ਸਿਲਸਿਲਾ ਹੈ ਤਾਂ ਉਹਨੂੰ ਕਈ ਕਿਸਮ ਦੀਆਂ ਬਿਮਾਰੀਆਂ ਤਾਂ ਹੈਗੀਆਂ ਉਹਨੂੰ ਮਤਲਬ ਅਸਥਮੇ ਦੀ ਪਰਬਲ ਪ੍ਰੋਬਲਮ ਵੀ ਹੈ ਮੇਰੇ ਖਿਆਲ ਸ਼ੂਗਰ ਦੀ ਵੀ ਹੈਗੀ ਹੈਗੀ ਹਾਂਜੀ ਉਹ ਸ਼ੂਗਰ ਦੀ ਪ੍ਰੋਬਲਮ ਵੀ ਹੈ ਔਰ ਡਿਗ ਪਿਆ ਹਮ ਸਿਕਿਉਰਿਟੀ ਵਾਲਿਆਂ ਨੇ ਬੜੀ ਮੁਸ਼ਕਲ ਦੇ ਨਾਲ ਉਹਨੂੰ ਸਵਾਲਿਆ ਹਮ ਮਤਲਬ ਬੰਦੇ ਨੂੰ ਤੁਸੀਂ ਅਫਸੋਸ ਵੀ ਨਹੀਂ ਪ੍ਰਗਟ ਕਰਨਾ ਆ ਹਾਲਤ ਹੈ ਭਾਰਤ ਦੀ ਸਭ ਦੱਸੋ ਵੀ ਇਹਦਾ ਮਤਲਬ ਜਿਵੇਂ ਬੀਜੇਪੀ ਹੱਕ ਚ ਆ ਗਈ ਪੰਡਤਾਂ ਦੇ ਤਾਂ ਤਾਂ ਉਹੀ ਮੰਨੂਵਾਦ ਦੀ ਹੈ ਉਹ ਗੱਲਾਂ ਯਾਦ ਆ ਗਈਆਂ ਜੇਕਰ ਕੋਈ ਬ੍ਰਾਹਮਣ ਕਿਸੇ ਦਾ ਰੇਪ ਕਰਦਾ ਜਾਂ ਕੁਝ ਵੀ ਕਰਦਾ ਉਹਨੂੰ ਸਾਰੇ ਗੁਨਾਹ ਮਾਫ ਹੈ ਮਾਫ ਹੈ ਮਾਫ ਹੈ ਇਹ ਤਾਂ ਫਿਰ ਲਾਗੂ ਕਰਤੀ ਕਰਤਾ ਕਰਤਾ ਮੰਨੂਵਾਦ ਜਿਹੜਾ ਹੈਗਾ ਸਹੀ ਮੈਨੇਜ ਮੰਨੂਵਾਦ ਨੂੰ ਇਹ ਤਾਂ ਆਪਾਂ ਇਹ ਕਰ ਸਕਦੇ ਹਾਂ ਦਿੱਲੀ 'ਚ ਮੰਨੂਵਾਦ ਲਾਗੂ ਹੋ ਗਿਆ ਦਿੱਲੀ ਚ ਕੀ ਦੇਸ਼ੀ ਹੋ ਗਿਆ ਜੀ ਸਾਰੇ ਜਿੱਥੇ ਜਿੱਥੇ ਹੈਗੇ ਹੁਣ ਜਿਹੜੀ ਜਿਹੜੀ ਚਲੋ ਕੁਝ ਸਰਕਾਰਾਂ ਹੈਗੀਆਂ ਜਿੱਥੇ ਆਪੋਜੀਸ਼ਨ ਵਾਲੀਆਂ ਹੈਗੀਆਂ ਜਾਂ ਕੁਝ ਜਿਹੜੀਆਂ ਸਟੇਟਾਂ ਦੇ ਲੋਕ ਹੈ ਜਿਵੇਂ ਪੰਜਾਬ ਵਾਲੇ ਛੇਤੀ ਕਿਤੇ ਨਹੀਂ ਕਿਸੇ ਟੇਮ ਮੰਦੇ ਨਹੀਂ ਤਾਂ ਸਾਰਾ ਤੋ ਕਰੀ ਜਾਂਦੇ ਜੁਪੀ ਦੇ ਵਿੱਚ ਕੀ ਹੋਈ ਹੈ ਜੀ ਜੁਪੀ ਦੇ ਵਿੱਚ ਤਾਂ ਤੁਸੀਂ ਦੇਖੋਗੇ ਜੁਪੀ ਦੇ ਵਿੱਚ ਤਾਂ ਗੱਲ ਇਹ ਹੋ ਗਈ ਉੱਥੇ ਬ੍ਰਾਹਮਣ ਪਿੱਟੀ ਜਾਂਦੇ ਹੂੰ ਹੂੰ ਕਿ ਬ੍ਰਾਹਮਣਾਂ ਨੂੰ ਟਾਰਗੇਟ ਕੀਤਾ ਜਾਂਦਾ ਕਿਉਂਕਿ ਮੁੱਖ ਮੰਤਰੀ ਠਾਕੁਰ ਹੈ ਠਾਕੁਰ ਹੈ ਕਿੱਦ ਟੁਗਲ ਜਾ ਰਹੀ ਹੈ ਕੀ ਕਰੋਗੇ ਦੇਸ਼ ਨੂੰ ਤਾਂ ਕਹਿੰਦੇ ਜੀ ਇਹ ਪੰਜਾਬੀ ਹੈ ਐ ਜਾਂ ਕੋਈ ਆ ਨਹੀਂ ਕਹਿੰਦਾ ਮੈਂ ਭਾਰਤੀ ਆ ਨਾ 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 ਬਿਲਕੁਲ ਜੀ ਬਿਲਕੁਲ ਬਹੁਤ-ਬਹੁਤ ਸ਼ੁਕਰੀਆ ਮੇਰ ਮਿਹਰਬਾਨੀ ਸੋ ਪ੍ਰੋਗਰਾਮ ਸ਼ਾਮਾਂਦਨ ਬਾਦਸਤੂਰ ਇਸ ਤਰ੍ਹਾਂ ਜਾਰੀ ਰਹੇਗਾ ਜੁੜੇ ਰਹੋ ਰੇਡੀਓ ਪੰਜਾਬ ਟੂਡੇ ਦੇ ਨਾਲ